ਇਹ 84 ਵਾਲੀ ਗਲ ਪਵੇ ਫੇਰ ਨਾ ਫਾਹੀ, ਇਹ 84 ਵਾਲੀ ਗਲ ਪਵੇ ਫੇਰ ਨਾ ਫਾਹੀ, ਇਹ 84 ਵਾਲੀ ਗਲ ਪਵੇ ਫੇਰ ਨਾ ਫਾਹੀ, ਇਹ 84 ਵਾਲੀ ਗਲ ਪਵੇ ਫੇਰ ਨਾ। ਫਖਰੇ ਮੌਜੂਦਾਤ ਮੁਜੱਸਮੇ ਸ਼ਬਤੂ ਸਫਾਤ ਸਾਹਿਬਾ ਸਾਹਿਦ ਆਲਮ ਕਮਾਲੀ ਕਰਾਮਾਤ ਬਖਸ਼ਿਸ਼ਾਂ ਦੀ ਭੰਡਾਰਮਤਾਂ ਦੇ ਖਜ਼ਾਨੇ ਦਿਆ ਦੇ ਸਾਗਰ ਦਿਆਲੂ ਕਿਰਪਾਲੂ ਬਖਸ਼ਿਸ਼ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਜਾਤੀ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਪਵਿੱਤਰਨਗੀ ਵਾਰਗਾਹ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਗੁਰਫਤਰੀ ਸਾਂਝ ਪਾਈਏ। ਜੋ ਸਿੱਖੀ ਦਾ ਸੱਚਾ ਅਤੇ ਸੁੱਚਾ ਅਸੂਲ ਹੈ ਉਹਦਾ ਇੱਕ ਵਾਰ ਸਤਿਕਾਰ ਕਰੀਏ, ਜਿਸ ਸਤਿਕਾਰ ਕਰਨ ਦੇ ਨਾਲ ਸਾਡੀ ਤੁਹਾਡੀ ਸਭਨਾਂ ਦੀ ਹਾਜ਼ਰੀ ਮੇਰੇ ਸਤਿਗੁਰਾਂ ਦੇ ਲੇਖੇ ਲੱਗ ਜਾਵੇ। ਦੋ ਵਾਰੀ ਵਾਹਿਗੁਰੂ ਸ਼ਬਦ ਦਾ ਸਿਮਰਨ ਕਰੋ, ਸਮੇਂ ਅਤੇ ਸਵਾਸਾਂ ਨੂੰ ਸਫਲਾ ਬਣਾਈਏ। ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਢਾਡੀ ਜੱਥੋਂ ਆਪਣੇ ਬੱਚਿਆਂ ਨੂੰ ਅਸੀਸ ਬਖਸ਼ਿਸ਼ ਕਰੋ, ਤਾਂ ਕਿ ਆਪ ਜੀ ਵੱਲੋਂ ਮਿਲੀ ਕਿਰਪਾ ਰੂਪੀ ਸੀਸ ਦੇ ਨਾਲ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਪੰਜ ਪਿਆਰੇ ਸਹਿਬਾਨ ਗੁਰੂ ਕਰਕੇ ਪੰਥ ਦੇ ਕੌਮ ਦੇ ਮਹਾਨ ਵਜ਼ੀਰ ਸਾਹਿਬਾਨ ਔਰ ਸ਼੍ਰੀਮਾਨ ਸੰਤ ਬਾਬਾ ਗਗਨਦੀਪ ਸਿੰਘ ਜੀ, ਸਤਿਕਾਰਯੋਗ ਮਾਤਾ ਜੀ ਮਾਤਾ ਸੁਖਪਾਲ ਕੌਰ ਜੀ, ਪੰਥ ਦੇ ਕੌਮ ਦੇ ਮਹਾਨ ਵਿਦਵਾਨਾਂ ਦੀ ਦੁਨੀਆ ਵਿੱਚੋਂ ਇਹ ਸਟੇਜ ਨੂੰ ਬਾਖੂਬੀ ਤਰੀਕੇ ਨਾਲ ਚਲਾਉਣ ਵਾਲੇ ਭਾਈ ਸਾਹਿਬ ਭਾਈ ਗੁਰਮਤ ਸਿੰਘ ਜੀ, ਅਨੇਕਾਂ ਵੀ ਜਿੰਨੀਆਂ ਤੁਸੀਂ ਸੰਗਤਾਂ ਬੈਠੀਆਂ ਨੇ ਸਾਰੀਆਂ ਸੰਗਤਾਂ ਇੱਕ ਵਾਰ ਆਪਣੇ ਸਮੁੱਚੇ ਢਾਡੀ ਜੱਥੇ ਵੱਲੋਂ ਬੁਲਾਈ ਹੋਈ ਫਤਿਹ ਨੂੰ ਪ੍ਰਵਾਨਗੀ ਦਿਓ। ਕਿਰਤਾਰਥ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਕੋਈ ਹੋਈ ਹੈ, ਮੇਰਾਮਤ ਹੋਈ ਹੈ, ਨਦਰੇ ਅਨਾਇਤ ਹੋਈ ਹੈ। ਟੋਡੀ ਰਾਗ ਦੇ ਵਿੱਚੋਂ ਮੁੱਖ ਬਾਗ ਸਤਿਗੁਰਾਂ ਨੇ ਸਾਡੀ ਝੋਲੀ ਦੇ ਅੰਦਰ ਪਾਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਅਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਰ, ਹਾਰ ਪ੍ਰਯੋ ਤੋ ਦੁਆਰੀ, ਲੇਖੈ ਛੋੜੈ ਲੇਖੈ ਛੂਟੈ, ਹਮਿੰਦਰ ਗੋਂ ਲਿਹੋ ਉਬਾਰੀ, ਸਦ ਬਖਸ਼ਣ ਸਦ ਮਿਹਰਬਾਨਾ ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪ੍ਰਯੋ ਰਾਖ ਲਿਹੋ ਇਹੋ ਬਾਰੀ। ਇਹ ਮੇਰੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਮੇਰੀਆਂ ਧੀਆਂ ਨੇ ਬੰਦਰਾਂ ਦੇ ਰੂਪ ਦੇ ਅੰਦਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ, ਮਿਹਰਬਾਨ ਹੋ ਕੇ ਮੇਰਾ ਵਾਲਿਆ ਜੀ ਮਿਹਰ ਕਰੀ, ਤੇਰੀ ਮਿਹਰ ਬਿਨਾਂ ਦਿਲੋਂ ਜਾਣੀ ਤੇਰ ਮਿਹਰ ਨਾ, ਤੇਰੀ ਕਿਰਪਾ ਤੋਂ ਬਿਨਾਂ ਅਤੇ ਸਾਡੇ ਦਿਲਾਂ ਦੇ ਵਿੱਚੋਂ ਈਰਖਾ ਦੂਈ ਦਵੈਤ ਸਕੀਨਾ ਸਾੜਾ ਵੈਰ ਵਿਰੋਧ ਸਾਡੇ ਦਿਲਾਂ ਵਿੱਚ ਨਹੀਂ ਜਾਣਾ ਜਦੋਂ ਤੱਕ ਤੁਹਾਡੀ ਕਿਰਪਾ ਰੂਪੀ ਅਸੀਸ ਸਾਡੇ ਸਿਰਾਂ ਦੇ ਉੱਤੇ ਨਾ ਹੋਵੇ। ਦਰ ਘਰ ਦਾ ਪਿਆਰ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਮਿਰਾਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਕਿਉਂਕਿ ਖਾਲਸਾ ਜੀ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਮੇਰੇ ਪਾਤਸ਼ਾਹ ਦੇ ਬੜੇ ਸੁੰਦਰ ਬੱਚੇ ਨੇ, ਮੈਨੂੰ ਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਭਰੋਸਾ ਹੈ। ਵੈਸੇ ਮਾਣ ਨਹੀਂ ਕਰਨਾ ਚਾਹੀਦਾ, ਪਰ ਮਾਣ ਕਰੀਏ ਕਿਉਂ ਨਾ, ਮਾਣ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੀ ਦੌਲਤ ਦੇ ਉੱਤੇ, ਮਾਣ ਨਾ ਕਰੀਏ ਆਪਣੇ ਸੁਨੱਪ ਦੇ ਉੱਤੇ, ਅਤੇ ਮਾਣ ਨਾ ਕਰੀਏ ਮਾਇਆ ਦੇ ਉੱਤੇ, ਮਾਣ ਨਾ ਕਰੀਏ ਵੱਡੇ ਹੋਣ ਦੇ ਉੱਤੇ, ਪਰ ਮਾਣ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ, ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਹੁੰਦੀ ਹੈ ਅਤੇ ਮਹਾਂਪੁਰਖਾਂ ਦੀਆਂ ਅਸੀਸਾਂ ਹੁੰਦੀਆਂ ਨੇ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ ਅਤੇ ਨਾਲ ਹੀ ਆਪਾਂ ਕਹਿ ਰਹੇ ਜੇ ਅੱਖਰ ਪੁੰਨਿਆ ਵੀ ਹੈ, ਭਾਵੇਂ ਸਾਡਾ ਸਿੱਖੀ ਦੇ ਤੌਰ 'ਤੇ ਇਹਦੇ ਨਾਲ ਕੋਈ ਨਾਤਾ ਨਹੀਂ, ਕੋਈ ਵਾਹ ਵਾਸਤਾ ਨਹੀਂ, ਚਲੋ ਭੈਣ ਅਤੇ ਭਰਾ ਦੀ ਗੱਲ ਆਪਾਂ ਨੇੜੇ ਲਾ ਲਈਏ, ਸਤਿਗੁਰੂ ਕਿਰਪਾ ਕਰਨ ਜੇ ਭੈਣ ਅਤੇ ਭਰਾ ਦਾ ਪਿਆਰ ਹੈ ਨਾ ਅਤੇ ਸਤਿਕਾਰ ਹੋਣਾ ਵੀ ਜ਼ਰੂਰੀ ਹੈ, ਪਿਆਰ ਵਿੱਚੋਂ ਸਤਿਕਾਰ ਮਿਲੇਗਾ ਤਾਂ ਸਤਿਕਾਰ ਵਿੱਚੋਂ ਕਿਤੇ ਵਪਾਰ ਪੈਦਾ ਨਾ ਹੋ ਜਾਵੇ। ਜੇ ਤੁਸੀਂ ਸਤਿਕਾਰ ਕਰੋਗੇ ਤਾਂ ਪਿਆਰ ਅਚਨਚੇਤ ਸਾਡੀ ਝੋਲੀ ਵਿੱਚ ਪੈ ਜਾਵੇਗਾ। ਪਰ ਜਿਹੜਾ ਸਭ ਤੋਂ ਵੱਡਾ ਅੱਜ ਦਿਨ ਹੈ ਨਾ ਉਹ ਹੈ ਭਾਈ ਗੁਰਮੁਖ ਸਿੰਘ ਜੀ, ਅੱਜ ਹੈ ਗੁਰਲਾਧੋ ਰੇ ਪ੍ਰਗਟ ਦਿਵਸ, ਗੁਰਲਾਧੋ ਰੇ ਦਿਵਸ ਅੱਜ ਕਿਉਂ ਹੈ,
ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਭਾਈ ਮੱਖਣ ਸ਼ਾਹ ਲਵਾੜਾ ਜੀ ਨੇ ਮਹਾਰਾਜ ਦੇ ਦਰਸ਼ਨ ਦੀਦਾਰ ਕਰਕੇ ਆਖਿਆ ਸੀ, ਗੁਰਲਾਧੋ ਰੇ ਗੁਰਲਾਧੋ ਰੇ, ਭਾਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅੱਜ ਭੋਰੇ ਦੇ ਵਿੱਚ ਦਰਸ਼ਨ ਦੀਦਾਰ ਕਰਕੇ ਭਾਈ ਮੱਖਣ ਸ਼ਾਹ ਦੀ, ਮੱਖਣ ਸ਼ਾਹ ਲਵਾਣਾ ਜੀ ਦੀ ਜਿਹੜੀ ਮਨ ਦੀ ਤਮੰਨਾ ਸੀ, ਆਸਥਾ ਸੀ, ਭਾਵਨਾ ਸੀ, ਅਰਦਾਸ ਸੀ, ਉਹਦੀ ਸੰਪੂਰਨ ਹੁੰਦੀ ਹੈ। ਕਿਉਂਕਿ ਸੰਗਤ ਜੀ, ਈਰਖਾ ਕਰਨ ਵਾਲੇ ਲੋਕ ਕਦੇ ਹਟਿਆ ਨਹੀਂ ਕਰਦੇ। ਇੱਕ ਪੰਜਾਬੀ ਦੇ ਵਿਦਵਾਨ ਸੱਜਣ ਦੀਆਂ ਚੰਦ ਕੁਛ ਸਤਰਾਂ ਮੈਨੂੰ ਭਾਈ ਗੁਰਮੁਖ ਸਿੰਘ ਯਾਦ ਆ ਗਈਆਂ, ਉਹਨੇ ਬੜੀ ਕਮਾਲ ਦੀ ਗੱਲ ਲਿਖੀ ਹੈ। ਉਹ ਕਹਿੰਦੇ ਜਿਹੜੇ ਨਿੱਤ ਗੁਰਬਾਣੀ ਦਾ ਜਾਪ ਕਰਦੇ, ਜਿਹੜੇ ਨਿੱਤ ਗੁਰਬਾਣੀ ਦਾ ਜਾਪ ਕਰਦੇ, ਲੋਕ ਉਹਨਾਂ ਨੂੰ ਹੱਥਾਂ 'ਤੇ ਚੁੱਕਦੇ ਨੇ। ਜਿਹੜੇ ਨਿੱਤ ਬਾਣੀ ਦਾ ਜਾਪ ਕਰਦੇ, ਲੋਕ ਉਹਨਾਂ ਨੂੰ ਹੱਥਾਂ 'ਤੇ ਚੁੱਕਦੇ ਨੇ। ਅਤੇ ਸੰਗਤ ਜੀ, ਸਾਖਤ ਬੇਸਮਝ ਹੈਵਾਨ ਬੰਦੇ ਕਰਨ ਨੂੰ ਈਰਖਾ ਕਦੇ ਨਾ ਰੁਕਦੇ ਨੇ। ਇਹੋ ਜਿਹੜੇ ਸੁਭਾਅ ਦੇ ਮਾਲਕ ਹੁੰਦੇ ਨੇ, ਉਹ ਕਦੇ ਈਰਖਾ ਕਰਨ ਤੋਂ ਨਹੀਂ ਰੁਕਿਆ ਕਰਦੇ। ਕਦੇ ਚੂਹਾ ਨਹੀਂ ਲੋਹੇ ਨੂੰ ਕੱਟ ਸਕਦਾ, ਨਿੱਤ ਦੰਦ ਕਰੀਚਦੇ ਮੁੱਕਦੇ ਨੇ। ਅਤੇ ਸੰਗਤ ਜੀ, ਜਿਹੜੇ ਉਸ ਅੰਤ ਨੂੰ ਉਹਨਾਂ ਦਾ ਮੂੰਹ ਖਰਾਬ ਹੁੰਦਾ, ਜਿਹੜੇ ਨੂਰ ਜੀ ਮੁੱਖ ਚੰਦ ਵੱਲ ਥੁੱਕਦੇ ਨੇ, ਜਿਹੜੇ ਲੋਕ ਕਿਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਮਨ ਵਿੱਚ ਈਰਖਾ ਕਰਦੇ ਨੇ, ਸਾੜਾ ਕਰਦੇ ਨੇ, ਉਹਨਾਂ ਦਾ ਤਾਂ ਕਦੇ ਫਿਰ ਰੱਬ ਵੀ ਸਹਾਈ ਨਹੀਂ ਹੁੰਦਾ। ਕਿਉਂਕਿ ਮੇਰੇ ਪਾਤਸ਼ਾਹ ਕਹਿ ਰਹੇ ਨੇ ਪਾਵਨ ਪਿੱਤਰ ਬਾਣੀ ਦੇ ਅੰਦਰ ਕਿ ਜਿਹੜੇ ਖਾਲਸਾ ਜੀ ਇਹੋ ਜਿਹੇ ਕੁਝ ਲੋਕ ਹੁੰਦੇ ਆ ਨਾ, ਉਹਨਾਂ ਦੀ ਤਾਂ ਉਹ ਅਵਸਥਾ ਬਣ ਜਾਂਦੀ ਹੈ ਅਤੇ ਜਿਵੇਂ ਕਿਤੇ ਕਿਸੇ ਬੀਆਬਾਨ ਜੰਗਲ ਦੇ ਅੰਦਰ ਕੋਈ ਇਕੱਲਾ ਦਰਖਤ ਖੜ੍ਹਾ ਹੋਵੇ, ਉਹਦੀ ਕੋਈ ਅਹਿਮੀਅਤ ਥੋੜ੍ਹੀ ਹੁੰਦੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਵਰਤਦੀ ਹੈ। ਇਹਨਾਂ ਪਾਵਨ ਪਿੱਤਰ ਸਥਾਨਾਂ ਦੇ ਉੱਤੇ ਗੁਰੂ ਸਾਹਿਬ ਦੀ ਅੱਜ ਕਿਰਪਾ ਵਰਤ ਰਹੀ ਹੈ। ਸਮੇਂ ਦੇ ਅੰਦਰ ਹੈ ਕਿ ਮੈਂ ਤੁਹਾਡੇ ਦਰਸ਼ਨ ਦਰ ਕਰਨੇ ਨੇ। ਮੈਨੂੰ ਹੁਕਮ ਹੋਇਆ, ਕਹਿੰਦੇ ਗਿਆਨੀ ਜੀ ਵੀ ਤੁਹਾਡੇ ਕੋਲ ਅਸੀਂ ਚਮਕੌਰ ਸਾਹਿਬ ਦੀ ਜੰਗ, ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ, ਉਹ ਅਸੀਂ ਤੁਹਾਡੇ ਕੋਲ ਸਰਵਣ ਕਰਨਾ ਹੈ। ਕਿਉਂਕਿ ਭਾਈ ਸਾਹਿਬ ਜੀ, ਜਦੋਂ ਕਿਤੇ ਮੌਲੀ ਕੋਈ ਪਹੁੰਚੀ ਕਹਿ ਲਈਏ, ਜਾਂ ਫਿਰ ਕੋਈ ਪਿਆਰ ਵਿੱਚ ਆਇਆ ਆਪਾਂ ਕਿਸੇ ਨੂੰ ਬੰਧਨ ਬੰਧ ਦਈਏ ਜਾਂ ਕੋਈ ਧਾਗਾ ਬੰਨ ਦਈਏ, ਉਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ। ਪਰ ਮੈਂ ਰੱਖੜੀ ਦੀ ਗੱਲ ਨਹੀਂ ਕਰਨੀ, ਮੈਂ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਕੀ ਮਹਾਨ ਬਖਸ਼ਿਸ਼ ਕੀਤੀ। ਈਰਖਾ ਕਰਨ ਵਾਲੇ ਉਹ ਵੀ ਲੋਕ ਸਨ। ਮੈਂ ਨੇੜੇ ਲਿਆ ਕੇ ਗੱਲ ਆਪ ਜੀ ਨਾਲ ਸਾਂਝੀ ਕਰਨ ਲੱਗਾ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਤੇ ਨੇ। ਪਰ ਜਦੋਂ ਤੁਸੀਂ ਇਤਿਹਾਸ ਪੜ੍ਹ ਕੇ ਵੇਖੋਗੇ ਨਾ ਮਹਾਰਾਜ ਦਾ, ਮਹਾਰਾਜ ਨੇ ਇੱਕ ਵੀ ਜੰਗ ਕਿਸੇ ਦੇ ਉੱਤੇ ਚੜ੍ਹਾਈ ਕਰਕੇ ਨਹੀਂ ਲੜੀ। ਹੁਣ ਜੇ ਕੋਈ ਚੜ੍ਹ ਕੇ ਆ ਜਾਵੇ, ਫਿਰ ਸਾਡਾ ਧਰਮ ਬਣਦਾ ਆਪਣੇ ਪਰਿਵਾਰ ਦੀ ਰੱਖਿਆ ਵੀ ਕਰਨੀ ਅਤੇ ਆਪਣੇ ਸੰਗਿਆ ਸਾਥਾਂ ਦੀ ਹਿਫਾਜ਼ਤ ਵੀ ਕਰਨੀ, ਆਪਣੇ ਪਰਿਵਾਰ ਨੂੰ ਸੰਭਾਲਣਾ, ਆਪਣੇ ਘਰ ਨੂੰ ਸੰਭਾਲਣਾ। ਇਹ ਖਾਲਸਾ ਹੀ ਫਿਰ ਆਪਣਾ ਫਰਜ਼ ਬਣਦਾ ਹੈ। ਫਰਜ਼ ਜੇ ਆਪਣੇ ਫਰਜ਼ਾਂ ਤੋਂ ਵਿਸਲੇ ਹੋ ਜਾਵਾਂਗੇ ਤਾਂ ਲੋਕ ਆ ਕੇ ਸਾਡੇ ਘਰਾਂ ਦੇ ਉੱਤੇ ਕਰਕੇ ਹਮਲੇ ਅਤੇ ਸਾਨੂੰ ਬਰਬਾਦ ਕਰਕੇ ਤੁਰ ਜਾਣਗੇ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਵਿੱਚ ਇਹ ਗੱਲ ਨਹੀਂ ਆਈ। ਵਿਦਵਾਨ ਸੱਜਣ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਗਰ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ ਹੈ। ਉਸ ਮਰਦੇ ਕੰਬੜੇ ਨੇ ਕੌਮ ਦੀਆਂ ਤਕਦੀਰਾਂ ਬਦਲ ਕੇ ਰੱਖ ਦਿੱਤੀਆਂ। ਬਾਈ ਧਾਰ ਦੇ ਕੁੱਲ ਪਹਾੜੀ ਰਾਜੇ ਜਿਹਨਾਂ ਦੇ ਵਿੱਚ ਭੀਮ ਚੰਦ ਕਹਿਲੂਰੀਆ, ਵਿਦਵਾਨ ਸੱਜਣ ਕਹਿੰਦਾ ਭੀਮ ਚੰਦ ਕਹਿਲੂਰੀਆ ਪਰਬਤ ਦਾ ਰਾਣਾ, ਉਹਨੇ ਤੱਕਿਆ ਜਦੋਂ ਅਨੰਦਪੁਰ ਸਿੰਘਾਂ ਦਾ ਢਾਣਾ, ਉਹਦੀਆਂ ਅੱਖਾਂ ਦੇ ਵਿੱਚ ਰੜਕਿਆ ਨੀਲਾ ਬਾਣਾ, ਉਹਨੇ ਚੇਤਾ ਛੇਵੇਂ ਗੁਰਾਂ ਦਾ ਆ ਗਿਆ ਪੁਰਾਣਾ, ਉਹ ਲੋਹਾ ਲਾਖਾ ਹੋ ਗਿਆ ਖਸਮਾਂ ਨੂੰ ਖਾਣਾ। ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਾਈ ਧਾਰ ਦੇ ਕੁੱਲ ਪਹਾੜੀ ਰਾਜੇ ਈਰਖਾ ਕਰਦੇ ਨੇ। ਦੂਈ ਦਵੈਤ ਵਿੱਚ ਸੜੇ ਹੋਏ ਔਰੰਗਜ਼ੇਬ ਬਾਦਸ਼ਾਹ ਤੱਕ ਪਹੁੰਚ ਕੀਤੀ, ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛਡਵਾਉਣ ਦੇ ਵਾਸਤੇ ਹੀਲੇ ਵਸੀਲੇ ਵਰਤੇ ਗਏ। ਆਖਿਰਕਾਰ ਸਮਾਂ ਆਇਆ
6 ਤੇ 7 ਪੋਹ ਦੀ ਸਾਂਝੀ ਰਾਤ ਨੂੰ ਗੁਰਦੇਵ ਪਾਤਸ਼ਾਹ ਨੇ ਪਰਮਾਤਮਾ ਦੀ ਹੁਕਮ ਰਜ਼ਾਈ ਦੇ ਵਿੱਚ ਰਹਿ ਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਤੇ ਖਾਲਸਾ ਜੀ ਮਹਾਰਾਜ ਨੇ ਨਾ ਆਪਣੇ ਪਰਿਵਾਰ ਨੂੰ ਆਪਣੇ ਸਿੰਘਾਂ ਨੂੰ ਤਰਤੀਬ ਦੇ ਕੇ ਤੋਰਿਆ, ਤਰਤੀਬ ਦੇ ਕੇ, ਤੇ ਜਿਹੜੀ ਸੰਗਤ ਸੀ ਇਹਨਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਆਏ। ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਆਏ ਤੇ ਅੱਗੇ ਆ ਕੇ ਮਹਾਰਾਜ ਨੇ ਆਖਣਾ ਕੀਤਾ, ਖਾਲਸਾ ਜੀ ਹੁਣ ਜਿਹੜੇ ਜਾਣਾ ਚਾਹੁੰਦੇ ਹੁਣ ਉਹ ਜਾ ਸਕਦੇ ਨੇ, ਨਹੀਂ ਤਾਂ ਆਪਣੇ ਘਰਾਂ ਨੂੰ ਚਾਲੇ ਪਾ ਦਿਓ। ਤੇ ਮਹਾਰਾਜ ਦੀ ਜਿਹੜੀ ਪਹਿਲੀ ਜੰਗ ਹੈ, ਇੱਥੇ ਤੱਕ ਕੋਈ ਜੰਗ ਨਹੀਂ ਹੁੰਦੀ, ਜੰਗ ਹੁੰਦੀ ਹੈ ਤੁਹਾਡੇ ਕੋਲ ਇੱਕ ਬਹੁਤ ਵੱਡਾ ਇਤਿਹਾਸ ਹੈ, ਇਤਿਹਾਸ ਹੈ ਗੁਰਦੁਆਰਾ ਸ਼ਾਹੀ ਟਿੱਬੀ। ਜਾਇਓ ਕਿਤੇ ਤੁਸੀਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ, ਮੈਂ ਬੇਨਤੀ ਕਰ ਚੁੱਕਿਆ, ਕੀਰਤਪੁਰ ਸਾਹਿਬ ਤੱਕ ਕੋਈ ਹਮਲਾ ਨਹੀਂ ਕੀਤਾ ਗਿਆ, ਪਰ ਇੱਥੇ ਆ ਕੇ ਅੱਲਾ ਯਾਰ ਖਾਂ ਜੋਗੀ ਜੀ ਦੀ ਕਲਮ ਰੋ ਪਈ, ਬਦ ਵਕਤੋਂ ਨੇ ਜੋ ਵਾਅਦਾ ਕੀਆ ਥਾ ਵਿਸਰ ਗਏ, ਨਾ ਮਰਦ ਕੌਲ ਕਰਕੇ ਜੁਬਾਨ ਸੇ ਮੁੱਕਰ ਗਏ। ਜਿਹੜੇ ਕਹਿੰਦੇ ਸਨ ਮਹਾਰਾਜ ਤੁਹਾਨੂੰ ਕੁਝ ਨਹੀਂ ਆਖਿਆ ਜਾਵੇਗਾ, ਜਿੱਧਰ ਤੁਹਾਡਾ ਦਿਲ ਕਰਦਾ ਤੁਸੀਂ ਜਾ ਸਕਦੇ ਹੋ, ਤੁਹਾਡਾ ਕੋਈ ਰਾਹ ਨਹੀਂ ਰੋਕੇਗਾ, ਕੋਈ ਟੋਕੇਗਾ ਨਹੀਂ। ਪਰ ਇੱਥੇ ਆ ਕੇ ਖਾਲਸਾ ਜੀ ਸੰਘਾਂ ਨੇ ਬੜਾ ਮੁਕਾਬਲਾ ਕੀਤਾ, ਹਜ਼ੂਰ ਦੇ ਸੂਰਮਿਆਂ ਨੇ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਅੱਜ ਸਰਸਾ ਦੇ ਕੰਢਿਆਂ ਦੇ ਉੱਤੇ ਆ ਕੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ। ਅਤੇ ਹੁਣ ਧਿਆਨ ਦਿਓ, ਜਿੱਥੇ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨ ਪੈਂਦੇ ਨੇ, ਸਾਡਾ ਇਲਾਕਾ ਬਹੁਤ ਹੀ ਭਾਗਾਂ ਵਾਲਾ ਇਲਾਕਾ ਹੈ, ਕਰਮਾਂ ਵਾਲਾ ਇਲਾਕਾ ਹੈ, ਜਿੱਥੇ ਖਾਲਸੇ ਦੀ ਸਾਜਨਾ ਹੁੰਦੀ ਹੈ। ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਡੇ ਰੋਪੜ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਇਹਨਾਂ ਨੇ ਖਾਲਸਾ ਜੀ ਇੱਥੇ ਪਰਿਵਾਰ ਦਾ ਵਿਛੋੜਾ ਪਿਆ, ਕੁਝ ਨਾਲ ਸਿੰਘਾਂ ਨੂੰ ਲੈ ਕੇ ਗੁਰਦੇਵ ਪਾਤਸ਼ਾਹ ਜੀ ਅੱਜ ਜਾਂਦੇ ਨੇ ਕਿਲ੍ਹਾ ਘਨੌਲਾ ਪਾਤਸ਼ਾਹੀ ਦਸਵੀਂ। ਕਿਲ੍ਹੇ ਘਨੌਲੇ ਤੋਂ ਨਿਕਲ ਕੇ ਪਾਤਸ਼ਾਹ ਜੀ ਅੱਜ ਖਾਲਸਾ ਜੀ ਮਲਕਪੁਰ ਨਗਰ ਆਉਂਦਾ, ਜਿਹਨੂੰ ਮਲਕਪੁਰ ਰੰਗੜਾ ਆਖਿਆ ਜਾਂਦਾ ਹੈ। ਇੱਥੋਂ ਹੁੰਦਿਆਂ ਗੁਰਦੇਵ ਪਾਤਸ਼ਾਹ ਜੀ ਸਾਡੇ ਬਹੁਤ ਪਾਵਨ ਪਵਿੱਤਰ ਸਥਾਨ ਨੇ, ਕਦੇ ਆਪਾਂ ਭੱਠਾ ਸਾਹਿਬ ਤੱਕ ਸੀਮਤ ਨਾ ਰਹਿ ਜਾਇਆ ਕਰੀਏ, ਕਿਉਂਕਿ ਭੱਠਾ ਸਾਹਿਬ ਤੋਂ ਜਦੋਂ ਤੁਸੀਂ ਰੋਪੜ ਨੂੰ ਜਾਵੋਗੇ ਨਾ, ITI ਦੇ ਬਿਲਕੁਲ ਅੱਜ ਲਹਿੰਦੇ ਵੱਲ ਇੱਕ ਪਾਵਨ ਪਵਿੱਤਰ ਸਥਾਨ ਹੈ, ਜਿਸ ਪਾਵਨ ਪਵਿੱਤਰ ਸਥਾਨ ਦਾ ਨਾਂ ਹੈ ਗੁਰਦੁਆਰਾ ਸਦਾ ਬਰਤ ਸਾਹਿਬ। ਕਦੇ ਝਾਤੀ ਮਾਰ ਕੇ ਵੇਖੀ, ਕਦੇ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰ ਕੀਤੇ, ਜਿੱਥੇ ਖਾਲਸਾ ਜੀ 6 ਪਾਤਸ਼ਾਹੀਆਂ ਦੇ ਮੁਬਾਰਕ ਚਰਨ ਪਏ ਹੋਏ ਨੇ, ਇਹ ਸਦਾ ਬਰਤ ਦੀ ਧਰਤੀ ਦੇ ਉੱਤੇ ਹਜ਼ੂਰ ਜੀ ਇੱਥੇ ਆਏ ਨੇ। ਇੱਥੋਂ ਲੰਘ ਕੇ ਗੁਰਦੇਵ ਪਾਤਸ਼ਾਹ 4 ਵਾਰ ਮੁਬਾਰਕ ਚਰਨ ਅੱਜ ਭੱਠਾ ਸਾਹਿਬ ਦੀ ਧਰਤੀ ਦੇ ਉੱਤੇ ਪਏ। ਭੱਠਾ ਸਾਹਿਬ ਤੋਂ ਹੋ ਕੇ ਗੁਰਦੇਵ ਪਾਤਸ਼ਾਹ ਜੀ ਭਿਓਰੇ ਨਗਰ ਦੇ ਵਿੱਚ ਆਏ ਨੇ, ਭਿਓਰੇ ਨਗਰ ਤੋਂ ਚੱਲ ਕੇ ਗੁਰਦੇਵ ਪਾਤਸ਼ਾਹ ਬ੍ਰਾਹਮਣ ਮਾਤਰੇ ਨਗਰ ਦੇ ਅੰਦਰ 2 ਗੁਰਦੁਆਰਾ ਸਾਹਿਬ ਨੇ, ਇੱਕ 6ਵੀਂ ਪਾਤਸ਼ਾਹੀ ਦਾ ਅਤੇ ਇੱਕ 10ਵੇਂ ਪਾਤਸ਼ਾਹੀ ਦਾ। ਇੱਥੋਂ ਤੁਰਦਿਆਂ ਹਜ਼ੂਰ ਜੀ ਤੁਲਸੀ ਮਾਤਰੇ ਨਗਰ ਦੇ ਕੋਲ ਬਿਲਕੁਲ ਨਦੀ ਦੇ ਕਿਨਾਰੇ ਦੇ ਉੱਤੇ ਗੁਰਦੁਆਰਾ ਹੈ, ਗੁਰਦੁਆਰਾ ਕੰਘਾ ਸਾਹਿਬ, ਜਿੱਥੇ ਪਾਤਸ਼ਾਹ ਦੇ ਮੁਬਾਰਕ ਚਰਨ ਪੈਂਦੇ ਨੇ। ਹਜ਼ੂਰ ਜੀ ਸ਼ਿਪ ਦੇ ਰੁੱਖ ਲੈ ਕੇ ਜਾ ਰਹੇ ਨੇ, ਅਤੇ ਅੱਗੇ ਨਗਰ ਆਉਂਦਾ ਹੈ ਬੂਰ ਮਾਜਰਾ, ਬੂਰ ਮਾਜਰੇ ਤੋਂ ਬਾਹਰ ਬਾਹਰ ਗੁਰਦੁਆਰਾ ਹੈ, ਗੁਰਦੁਆਰਾ ਮੰਜੀ ਸਾਹਿਬ, ਜਿੱਥੇ ਪਾਤਸ਼ਾਹੀ ਦੀ 10ਵੀਂ ਦੇ ਮਹਾਰਾਜ ਦੇ ਮੁਬਾਰਕ ਚਰਨ ਪੈਂਦੇ ਨੇ। ਜਿੱਥੇ ਖਾਲਸਾ ਜੀ ਇੱਥੇ ਬਿਲਕੁਲ ਆਪਣੇ ਚਮਕੌਰ ਸਾਹਿਬ ਦੇ ਨੇੜੇ ਰਾਏਪੁਰ ਨਗਰ ਦਾ ਰਹਿਣ ਵਾਲਾ ਅੱਜ ਇੱਕ ਸੈਣੀ ਪਰਿਵਾਰ ਦੇ ਵਿੱਚੋਂ ਬੀਬੀ ਸ਼ਰਨ ਕੌਰ ਜੀ ਦਾ ਜਿਹੜਾ ਸਨਮਾਨਕ ਪਿਤਾ ਜੀ ਇੱਥੇ ਆ ਕੇ ਖਾਲਸਾ ਜੀ ਉਹ ਮਹਾਨ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਹਰਜੂਰ ਪਾਤਸ਼ਾਹ ਜੀ ਤਾਲਾਪੁਰ ਨਗਰ ਤੋਂ ਅੱਜ ਕਿਤੇ ਜਾਓ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ। ਦੁੱਗਰੀ ਅਤੇ ਕੋਟਲੀ 2 ਨਗਰ ਨੇ, ਦੁੱਗਰੀ ਔਰ ਕੋਟਲੀ, ਜਿੱਥੇ 9ਵੇਂ ਪਾਤਸ਼ਾਹ ਦੇ ਮੁਬਾਰਕ ਚਰਨ ਪਏ ਹੋਏ ਨੇ। ਉਸ ਤੋਂ ਅੱਗੇ ਚੱਲ ਕੇ ਗੁਰਦੇਵ ਪਾਤਸ਼ਾਹੀ ਸ਼ਾਹੀ ਟਿੱਬੀ ਉਹ ਤਾਲਾਪੁਰ ਦੇ ਬਿਲਕੁਲ ਸਾਹਮਣੇ ਹੈ। ਅੱਜ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ ਨਾ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ, ਦਮਦਮਾ ਸਾਹਿਬ ਅੱਜ ਇਸ ਪਾਵਨ ਪਵਿੱਤਰ ਧਰਤੀ ਖੁੱਲ੍ਹੇ ਬਾਗ ਦੇ ਅੰਦਰ ਖੁੱਲ੍ਹੀ ਅਸਮਾਨ ਦੀ ਛੱਤ ਦੇ ਥੱਲੇ ਕਿਣਮਕਣੀ ਹੋ ਰਹੀ ਹੈ।
ਤੇ ਖਾਲਸਾ ਜੀ ਹਜ਼ੂਰ ਦੇ ਇੱਥੇ ਮੁਬਾਰਕ ਚਰਨ ਪਏ। ਚੌਧਰੀ ਨੂੰ ਪਤਾ ਲੱਗਦਾ, ਚੌਧਰੀ ਗੁਰਦੇਵ ਪਾਤਸ਼ਾਹ ਦੇ ਕੋਲ ਆ ਗਿਆ, ਕਹਿਣ ਲੱਗਾ ਪਾਤਸ਼ਾਹ ਜੀ ਸਾਡੇ ਵਾਸਤੇ ਦੁੱਖ ਤਕਲੀਫਾਂ ਝੱਲ ਕੇ ਇੱਥੇ ਤੱਕ ਪਹੁੰਚੇ ਹੋ, ਆਪ ਜੀ ਕਿਰਪਾ ਕਰੋ, ਰੈਣ ਬਸੇਰਾ ਕਰੋ। ਬਹੁਤਾ ਚੰਗਾ ਤੁਹਾਡੇ ਵਰਗੇ ਮਹਿਲ ਤਾਂ ਹੈ ਨਹੀਂ, ਪਰ ਸਿਰ ਢੱਕਣ ਵਾਸਤੇ ਦੋ ਕਮਰੇ ਬਣੇ ਹੋਏ ਨੇ। ਅੱਜ ਗੁਰਦੇਵ ਪਾਤਸ਼ਾਹ ਨੇ ਭਾਈ ਦਿਆ ਸਿੰਘ ਨੂੰ ਆਖਣਾ ਕੀਤਾ, ਦਿਆ ਸਿੰਘ ਜੀ ਇੱਕ ਵਾਰ ਜਰਾ ਝਾਤ ਮਾਰ ਲਈ ਜਾਵੇ। ਆਏ ਦਿਆ ਸਿੰਘ, ਦਿਆ ਸਿੰਘ ਨੇ ਆਖਣਾ ਕੀਤਾ, ਮਹਾਰਾਜ ਰਾਤ ਰਹਿਣ ਦਾ ਟਿਕਾਣਾ ਬੜਾ ਕਮਾਲ ਦਾ ਏ, ਜੇ ਵਾਈ ਦੀ ਵੇ ਕਿਤੇ ਪਾਪੀ ਆ ਵੀ ਗਏ, ਦੁਸ਼ਮਣ ਚੜ੍ਹ ਕੇ ਆ ਵੀ ਗਏ, ਤੇ ਆਪਾਂ ਉਹਨਾਂ ਦਾ ਫਿਰ ਇੱਥੇ ਬੜਾ ਡਟ ਕੇ ਮੁਕਾਬਲਾ ਕਰ ਸਕਦੇ ਹਾਂ। ਚੱਕਿਓ ਚਮਕੌਰ ਦੀ ਧਰਤੀ ਦੇ ਉੱਤੇ ਗੁਰਦੇਵ ਪਾਤਸ਼ਾਹ ਨੇ ਅੱਜ ਕੱਚੀ ਗੜੀ ਦੇ ਅੰਦਰ ਜਿਵੇਂ ਮੈਂ ਹਜ਼ੂਰ ਨੇ ਡੇਰੇ ਲਾਏ, ਕਾਬਲੀ ਗੌਰ ਲੈਣਾ, ਕਾਬਲੀ ਗੌਰ ਅੰਦਾਜ਼, ਸਤਿਕਾਰੋ ਬੇਟੀ ਰਾਜਵੀਰ ਕੌਰ ਜੀ ਭਾਗੋ ਔਰ ਬੀਬੀ ਰੁਪਿੰਦਰ ਕੌਰ ਜੀ ਖਾਲਸਾ, ਗਿਆਨੀ ਨਿਧਾਨ ਸਿੰਘ ਮੁੱਲਾਪੁਰੀ, ਤੁਹਾਡਾ ਆਪਣਾ ਮਲਕੀਤ ਸਿੰਘ ਪਪਰਾਲੀ ਦਾ ਢਾਡੀ ਜੱਥਾ ਕੁਝ
ਜਾਂਦੀ ਹੈ। ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, ਜੋ ਲਾਏ ਹੋਏ ਸ਼ੇਰ ਤੇ ਸਬਗੈਜ ਕੇ ਮਾਰੇ, ਆਖੋਂ ਮੇਂ ਸੇ ਨਿਕਲਤੇ ਦਲੇਰੋਂ ਕੇ ਸ਼ਰਾਰੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਆਪਣੇ ਸਿੰਘਾਂ ਨੂੰ ਨਾਲ ਨਾ, ਮੁੱਠੀ ਭਰ ਸਿੰਘਾਂ ਨੂੰ, ਬਹੁਤ ਵੱਡੀ ਗਿਣਤੀ ਨਹੀਂ। ਹਜ਼ੂਰ ਜੀ ਇਹ ਚਮਕੌਰ ਦੀ ਗੜੀ ਦੇ ਅੰਦਰ ਆਏ ਨੇ, ਕੱਚੀ ਜੀ ਹਵੇਲੀ ਹੈ। ਸਿੰਘਾਂ ਨੂੰ ਆਖੜ ਕੀਤਾ, ਮਹਾਰਾਜ ਨੇ ਕਹਿਣ ਲੱਗੇ, ਖਾਲਸਾ ਜੀ ਅੱਜ ਦੀ ਰਾਤ ਮੇਰਾ ਖਾਲਸਾ ਆਰਾਮ ਕਰੇਗਾ ਤੇ ਮੈਂ ਤੁਹਾਡਾ ਪਹਿਰਾ ਦੇਵਾਂਗਾ। ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰੀਸਾਂ ਕਰਨ ਵਾਲੇ ਬੜੇ ਲੋਕ ਨੇ, ਪਰ ਖਾਲਸਾ ਜੀ ਜੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਪਰਉਪਕਾਰ ਕੀਤੇ ਨਾ, ਉਹਨਾਂ ਪਰਉਪਕਾਰਾਂ ਦੇ ਬਰਾਬਰ ਕੋਈ ਜਾ ਨਹੀਂ ਸਕਦਾ, ਰੀਸਾਂ ਬੜੀਆਂ ਕਰ ਲੈਣਗੇ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਡੇ ਉੱਤੇ ਮਹਾਨ ਪਰਉਪਕਾਰ ਕੀਤੇ ਨੇ, ਉਹ ਪਰਉਪਕਾਰ ਕਦੇ ਕੋਈ ਕਰ ਨਹੀਂ ਸਕਦਾ। ਹਾਂ, ਰੀਸਾਂ ਬੜੀਆਂ ਕਰ ਸਕਦੇ ਨੇ, ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰਖੜੀਆਂ, ਪਰ ਜਿਹੜੀ ਪਦਵੀ ਉੱਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੈਠ ਕੇ ਮਹਾਨ ਕਾਰਜ ਕੀਤੇ ਨਾ, ਉਹ ਕਿਸੇ ਦੇਵੀ ਦੇਵਤੇ ਦੇ ਹਿੱਸੇ ਵਿੱਚ ਨਹੀਂ ਗੱਲ ਆ ਸਕੇ। ਮੈਂ ਗੱਲ ਮੇਰੀ ਨਹੀਂ ਕਰ ਲੱਗਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ, ਖਾਲਸਾ ਜੀ ਇੱਕ ਕਮਰੇ ਦੇ ਅੰਦਰ ਮੇਰਾ ਖਾਲਸਾ ਆਰਾਮ ਕਰੇਗਾ ਤੇ ਇੱਕ ਕਮਰੇ ਦੇ ਅੰਦਰ ਸਾਹਿਬਜ਼ਾਦੇ ਆਰਾਮ ਕਰਨਗੇ ਤੇ ਮੈਂ ਤੁਹਾਡਾ ਪਹਿਰਾ ਦੇਵਾਂਗਾ। ਤੇ ਹੈ ਕੋਈ ਅੱਜ ਦੀ ਦੁਨੀਆਂ ਦੇ ਅੰਦਰ ਐਸਾ ਕੋਈ ਗੁਰੂ ਜਿਹੜਾ ਆਪਣੇ ਸੇਵਾਦਾਰਾਂ ਨੂੰ ਆਖੇ ਵੀ ਕੋਈ ਗੱਲ ਨਹੀਂ, ਤੁਸੀਂ ਆਰਾਮ ਕਰੋ ਤੇ ਮੈਂ ਤੁਹਾਡਾ ਪਹਿਰਾ ਦਿੰਦਾ? ਨਹੀਂ, ਉਹ ਤਾਂ ਆਖਣਗੇ, ਉਹ ਮੇਰਾ ਖਿਆਲ ਰੱਖਿਓ, ਮੈਂ ਅੰਦਰ ਪੈਣ ਲੱਗਿਆ। ਅੰਦਰ ਪੈਣ ਲੱਗਿਆ ਵੀ ਕਹਿੰਦਾ ਜੀ ਮੇਰਾ ਬਾਹਰ ਬੈਠੇ ਤੁਸੀਂ ਖਿਆਲ ਰੱਖਿਓ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਾਸੇ ਸਿੰਘ ਪਏ ਨੇ ਤੇ ਦੂਜੇ ਪਾਸੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਭਾਈ ਦਇਆ ਸਿੰਘ ਜੀ ਹਜ਼ੂਰ ਦੇ ਕੋਲ ਆ ਕੇ ਕਹਿਣ ਲੱਗੇ, ਪਾਤਸ਼ਾਹ ਤੁਸੀਂ ਵੀ ਸਾਡੇ ਨਾਲ ਹੀ ਤੁਰੇ ਆ ਰਹੇ ਹੋ ਤੇ ਅਸੀਂ ਵੀ ਤੁਹਾਡੇ ਨਾਲ ਹੀ ਤੁਰੇ ਆ ਰਹੇ ਹਾਂ। ਪਰ ਸਮੇਂ ਤੋਂ ਬੜੇ ਘਬਰਾ ਗਿਆ, ਬੜੇ ਟੁੱਟ ਗਿਆ, ਬੜੇ ਹਾਰ ਗਿਆ, ਬੜੇ ਥੱਕ ਗਿਆ। ਮਹਾਰਾਜ ਕਹਿਣ ਲੱਗੇ, ਨਹੀਂ ਸਮੇਂ ਤੋਂ ਨਹੀਂ ਘਬਰਾਏ, ਸਮੇਂ ਤੋਂ ਨਹੀਂ ਟੁੱਟੇ, ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ। ਮਹਾਰਾਜ ਦਾ ਕਾਲ ਪੁਰਖ ਦਾ ਆਸਰਾ ਲੈ ਕੇ ਅਸੀਂ ਵੀ ਸਮੇਂ ਦੇ ਨਾਲ ਹੀ ਚਲੇ ਜਾ ਰਹੇ ਹਾਂ। ਕਹਿਣ ਲੱਗੇ, ਪਾਤਸ਼ਾਹ ਜੀ ਸਾਡੇ ਕੋਲ ਕੋਈ ਰਜ਼ਾਈ ਨਹੀਂ, ਕੋਈ ਤਲਾਈ ਨਹੀਂ, ਕੋਈ ਮੰਜਾ ਨਹੀਂ, ਕੋਈ ਸਰਾਣਾ ਨਹੀਂ, ਕੋਈ ਬਿਸਤਰਾ ਨਹੀਂ, ਆਪ ਜੀ ਦੀ ਖਿਦਮਤ ਕਰ ਸਕੀਏ, ਤੁਹਾਡੀ ਸੇਵਾ ਕਰ ਸਕੀਏ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਦਇਆ ਸਿੰਘ ਜੀ ਅੱਜ ਤੁਸੀਂ ਆਰਾਮ ਕਰੋ ਤੇ ਮੈਂ ਤੁਹਾਡਾ ਪਹਿਰਾ ਦੇਵਾਂਗਾ। ਤੇ ਭਾਈ ਦਇਆ ਸਿੰਘ ਨੇ ਮਹਾਰਾਜ ਦੇ ਹੁਕਮਾਂ ਦੀ ਤਾਮੀਲ ਕੀਤੀ। ਹਜ਼ੂਰ ਪਾਤਸ਼ਾਹ ਜੀ ਵੱਡੇ ਸਾਹਿਬਜ਼ਾਦੇ ਦੇ ਕੋਲ ਗਏ, ਉਹਦੇ ਸਿਰ ਨੂੰ ਚੁੱਕ ਲਿਆ ਤੇ ਪੱਟ ਉੱਤੇ ਰੱਖ ਲਿਆ। ਅੱਲਾ ਯਾਰ ਖਾਂ ਜੋਗੀ ਜੀ ਦੀ ਗੱਲ ਬੜੀ ਇੱਥੇ ਠੀਕ ਢੁੱਕਦੀ ਨਜ਼ਰ ਆਈ ਕਿ ਹਜ਼ੂਰ ਕਹਿ ਰਹੇ ਨੇ ਕਿ ਜਾਣੇ ਸੇ ਪਹਿਲੇ ਗਲੇ ਲਗਾ ਤੋ ਲਉ, ਮੈਂ ਤੇਰੇ ਨਾਲ ਪਿਆਰ ਕਰ ਲਵਾਂ, ਮੈਂ ਸਤਿਕਾਰ ਕਰ ਲਵਾਂ। ਅੱਲਾ ਯਾਰ ਖਾਂ ਜੋਗੀ ਜੀ ਦੇਖਦੇ ਰਹੇ, ਸੋਏ ਹੋਏ ਬੱਚੇ ਕੋ ਕਹਾ ਸਰ ਕੋ ਪਕੜ ਕਰ, ਚੱਲ ਦੂਗੀ ਅਬ ਅੱਬਾ ਕੋ ਮੁਸੀਬਤ ਮੈਂ ਜ਼ਿਕਰ ਕਰ, ਵਾਦਾ ਤੋ ਕੀਏ ਜਾਓ ਜਾਣੇ ਸੇ ਪਹਿਲੇ ਬਿਛੜ ਕਰ। ਵਿਛੋੜਾ ਕਹਿਣਾ ਸ਼ਬਦ ਸੌਖਾ ਹੈ, ਪਰ ਵਿਛੋੜਾ ਸਹਿਣਾ ਬੜਾ ਔਖਾ ਹੈ। ਉਹਨਾਂ ਨੂੰ ਪੁੱਛ ਕੇ ਵੇਖਿਓ ਜਿਹਨਾਂ ਦੇ ਵਿਛੋੜੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਪੈ ਗਏ ਹੋਣਗੇ, ਜਿਹਨਾਂ ਭੈਣਾਂ ਦੇ ਵੀਰ ਅੱਜ ਚਿੱਟੇ ਨੇ ਖਾ ਲਏ, ਅੱਜ ਨਸ਼ਾ ਨੇ ਖਾ ਲਏ, ਤੇ ਜਿਹਨਾਂ ਮਾਵਾਂ ਦੇ ਪੁੱਤ ਸੰਸਾਰ ਤੋਂ ਚਲੇ ਗਏ ਨੇ, ਜਿਸ ਇਸਤਰੀ ਦਾ ਸਰਦਾ ਤਾਜ ਅੱਜ ਨਸ਼ਾ ਨੇ ਗਲਤਾਨ ਕਰ ਲਿਆ, ਪੁੱਛ ਕੇ ਵੇਖਿਓ ਉਹਨਾਂ ਦੇ ਵਿਛੋੜੇ ਦਾ ਦੁੱਖ ਕੀ ਹੁੰਦਾ ਹੈ। ਭਾਈ ਦਇਆ ਸਿੰਘ ਹਜ਼ੂਰ ਦੇ ਕੋਲ ਆ ਕੇ ਕਹਿਣ ਲੱਗੇ, ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ, ਪਰਿਵਾਰ ਦੇ ਵਿਛੋੜੇ ਪੈ ਗਏ, ਜੇ ਇੱਥੇ ਆ ਕੇ ਵੀ ਵਿਛੋੜੇ ਹੀ ਪੈਣੇ ਨੇ, ਮੈਂ ਰਾਤ ਦਾ ਤੱਕ ਰਿਹਾ, ਕਦੇ ਤੁਸੀਂ ਇਸ ਹਵੇਲੀ ਨੂੰ ਉਤਾਂਹ ਨੂੰ ਵੇਖਦੇ ਹੋ, ਕਦੇ ਠਾਹ ਨੂੰ ਵੇਖਦੇ ਹੋ,
ਕਦੇ ਸੱਜੇ ਵੇਖਦੇ ਹੋ, ਕਦੇ ਖੱਬੇ ਵੇਖਦੇ ਹੋ। ਮਹਾਰਾਜ ਕਦੇ ਦੀਆਂ ਕੰਧਾਂ ਟੋਹ ਟੋਹ ਕੇ ਵੇਖ ਰਹੇ ਹੋ। ਇਸ ਧਰਤੀ ਨਾਲ ਕੁਝ ਜ਼ਿਆਦਾ ਪਿਆਰ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਜ ਜੋ ਕੁਝ ਖਾਲਸੇ ਨੂੰ, ਭਾਈ ਦਿਆਲ ਸਿੰਘ ਜੀ ਨੂੰ ਇਹ ਚਮਕੌਰ ਦੀ ਧਰਤੀ ਦੇ ਬਾਰੇ ਚਰਣਾ ਪਾਣਾ ਪਾਉਣਾ ਚਾਹਿਆ, ਕਹਿਣ ਲੱਗੇ ਭਾਈ ਦਿਆਲ ਸਿੰਘ ਜੀ ਹਾਂ, ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਇਹ ਸਿੱਖੀ ਨੇ ਭੰਗੂੜਾ ਝੂਟ ਲਿਆ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਗੁਰਮਤਿ ਦੀ ਵਿੱਦਿਆ ਹਾਸਲ ਕਰ ਲਈ, ਪਰ ਅੱਜ ਜਿਹੜੀ ਚਮਕੌਰ ਦੀ ਧਰਤੀ ਹੈ ਨਾ, ਇਹ ਖਾਲਸਾ ਯੂਨੀਵਰਸਿਟੀ ਹੋਵੇਗੀ। ਅੱਜ ਮੈਂ ਆਪਣੀਆਂ ਅੱਖੀਆਂ ਦੇ ਸਾਹਮਣੇ ਵੇਖਿਆ ਮੇਰੇ ਸੂਰਮੇ ਮੇਰੇ ਪੁੱਤਰ ਕਿੰਨੇ ਕੁ ਨੰਬਰ ਲੈ ਕੇ ਇਹ ਚਮਕੌਰ ਦੀ ਧਰਤੀ ਤੋਂ ਪਾਸ ਹੋ ਕੇ ਗਾਂਹ ਨੂੰ ਤੁਰਦੇ ਨੇ। ਮੇਰੇ ਹਜ਼ੂਰ ਨੇ ਸ਼ਿਰ ਦੇ ਕੇ ਕੱਢ ਕੇ ਅੱਜ ਮਿਆਨ ਭਾਈ ਦਿਆਸ ਨੂੰ ਹੋ ਕੇ ਮੁਖਾਤਬ ਜੋ ਚਮਕੌਰ ਦੀ ਧਰਤੀ ਦੇ ਬਾਰੇ ਦੱਸਿਆ, ਕਾਬਲੀ ਗੌਰ ਲੈਣਾ ਅਤੇ ਕਾਬਲੀ ਗੌਰ ਅੰਦਾਜ਼ ਢਾਡੀ ਕਲਾ ਦਾ ਰੰਗ ਹੈ, ਰਸਾਲੂ ਸੱਸੀ ਦੇ ਭਾਅ ਦੇ ਅੰਦਰ। ਕਿਉਂਕਿ ਭਾਈ ਗੁਰਮਤ ਸਿੰਘ ਜੀ, ਇਹ ਮੇਰੀਆਂ ਸਤਿਕਾਰਯੋਗ ਬੇਟੀਆਂ ਬੀਬੀ ਰਾਜਵੀਰ ਕੌਰ ਜੀ ਭਾਗੋ, ਗਿਆਨੀ ਭਾਨ ਸਿੰਘ ਜੀ ਭੌਰਾ, ਅਤੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਰਹਿ ਕੇ ਢਾਡੀ ਕਲਾ ਦੇ ਅੰਦਰ ਲੋਹਾ ਮਨਵਾਇਆ। ਕਿਉਂਕਿ ਸਤਿਕਾਰਯੋਗ ਬਾਈ ਦਲਵੀਰ ਸਿੰਘ ਜੀ ਨਹੀਂ ਬੈਠੇ ਨੇ, ਇਹਨਾਂ ਮੇਰੀਆਂ ਧੀਆਂ ਨੇ ਸ਼ਾਇਦ ਚੰਗੇ ਚੰਗੇ ਢਾਡੀਆਂ ਦੇ ਪੈਰ ਨਹੀਂ ਲੱਗਣ ਦਿੱਤੇ। ਕਿਉਂ? ਕਿਉਂਕਿ ਕੇਵਲ ਅਤੇ ਕੇਵਲ ਢਾਡੀ ਕਲਾ ਨੂੰ ਅਪਣਾ ਕੇ ਜਿਨ੍ਹਾਂ ਨੇ ਖਾਲਸਾ ਜੀ ਢਾਈਆ ਮਿਰਜੇ ਬੈਤ ਜੋੜੇ ਦੀਆਂ ਕਲੀਆਂ ਗਾ ਗਾ ਕੇ ਆਪਣਾ ਲੋਹਾ ਮਨਵਾਇਆ, ਅਤੇ ਬੀਬੀ ਰੁਪਿੰਦਰ ਕੌਰ ਜੀ ਖਾਲਸਾ ਜਿਨ੍ਹਾਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ, ਮੇਰੀਆਂ ਧੀਆਂ ਦੇ ਉੱਤੇ ਜਿਨ੍ਹਾਂ ਨੂੰ ਗੋਲਡ ਮੈਡਲਾਂ ਦੇ ਨਾਲ ਸਨਮਾਨਿਆ ਗਿਆ, ਢਾਡੀ ਕਲਾ ਦੇ ਅੰਦਰ ਚੰਗੀ ਮੁਹਾਰਤ ਹਾਸਲ ਕੀਤੀ ਹੈ। ਸੱਸੀ ਦੇ ਭਾਅ ਦੇ ਅੰਦਰ ਗੁਰਦੇਵ ਪਾਤਸ਼ਾਹ ਜੋਤ ਨੂੰ ਮੁਖਾਤਬ ਹੋ ਕੇ ਅੱਜ ਖਾਲਸਾ ਨੂੰ ਚਮਕੌਰ ਦੀ ਗੜੀ ਦੇ ਬਾਰੇ ਦੱਸ ਰਹੇ ਨੇ। ਇਉਂ ਬੇਨਤੀ
ਜਦੋਂ ਮੈਂ ਆਪਣੇ ਖਾਲਸੇ ਨਾਲ ਪ੍ਰੋਮਿਸ ਕੀਤਾ ਸੀ, ਵਾਅਦਾ ਕੀਤਾ ਸੀ, ਕਾਲ ਕੀਤਾ ਸੀ, ਕਰਾਰ ਕੀਤਾ ਸੀ, 1.25 ਲੱਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਂ। ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕੁਝ ਆਖਿਆ ਨਾ ਉਹ ਕਰਕੇ ਵਿਖਾਇਆ। ਦਰਅਸਲ ਜਿਹੜਾ ਬੰਦਾ ਆਪਣੀ ਜ਼ੁਬਾਨ ਤੋਂ ਮੁੱਕਰ ਜਾਵੇ ਲੋਕ ਉਹਦੇ ਉੱਤੇ ਇਤਵਾਰ ਕਰਨਾ ਛੱਡ ਦਿੰਦੇ ਨੇ, ਜਿਹੜਾ ਬੰਦਾ ਆਪਣੀ ਜ਼ੁਬਾਨ ਦੇ ਉੱਤੇ ਪੱਕਾ ਰਹੇ ਨਾ ਲੋਕ ਉਹਦੇ ਉੱਤੇ ਭਰੋਸਾ ਕਰਦੇ ਨੇ। ਭਾਈ ਦਿਆਸ ਨੇ ਆਖਣਾ ਕੀਤਾ, ਮਹਾਰਾਜ ਕੁਝ ਫੜੋ ਫੜੋ ਦੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਪੈ ਰਹੀਆਂ, ਜੇ ਤੁਹਾਡਾ ਹੁਕਮ ਹੋਵੇ ਮੈਂ ਜਰਾ ਵੇਖਾਂ ਬਾਹਰ ਜਾ ਕੇ ਤੇ ਕੌਣ ਲੋਕ ਨੇ ਜਿਹੜਾ ਰੌਲਾ ਪਾਉਂਦੇ ਆ ਰਹੇ ਨੇ। ਮਹਾਰਾਜ ਨੇ ਆਖਣਾ ਕੀਤਾ, ਹਾਂ ਤੁਸੀਂ ਵੇਖ ਸਕਦੇ ਹੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਕੇ ਭਾਈ ਦਿਆਸ ਨੇ ਆਖਣਾ ਕੀਤਾ, ਮਹਾਰਾਜ ਜੀ ਆਕਾਸ਼ ਵਿੱਚ ਤਾਰੇ ਗਿਣੇ ਜਾ ਸਕਦੇ ਨੇ ਪਰ ਵੈਰੀਆਂ ਦੇ ਸਿਰਾਂ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿੰਨੇ ਕੁ ਵੈਰੀ ਇਹ ਚਮਕੌਰ ਦੀ ਧਰਤੀ ਦੇ ਉੱਤੇ ਆਲੇ ਦੁਆਲੇ ਆ ਟੁੱਕੇ ਨੇ ਅਤੇ ਘੇਰੇ ਪਾਈ ਬੈਠੇ ਨੇ। ਮਹਾਰਾਜ ਆਖਣ ਲੱਗੇ, ਕੋਈ ਗੱਲ ਨਹੀਂ ਭਾਈ ਦਿਆਸ ਸਿੰਘ ਜੀ, ਜੇ ਵੈਰੀ ਆਇਆ ਤੇ ਆ ਲੈਣ ਦਿਓ, ਪਹਿਲਾਂ ਵੀ ਵੈਰੀ ਚੜ੍ਹ ਕੇ ਆਉਂਦੇ ਰਹੇ ਨੇ ਅਤੇ ਆਪਣੇ ਆਪਣੇ ਘਰਾਂ ਨੂੰ ਪਰਤ ਕੇ ਚਲੇ ਜਾਂਦੇ ਰਹੇ ਨੇ। ਭਾਈ ਦਿਆਸ ਨੇ ਆਖਣਾ ਕੀਤਾ, ਮਹਾਰਾਜ ਫਿਰ ਸਾਡੇ ਵਾਸਤੇ ਕੀ ਹੁਕਮ ਹੈ। ਮਹਾਰਾਜ ਨੇ ਆਖਣਾ ਕੀਤਾ, ਭਾਈ ਦਿਆਸ ਸਿੰਘ ਜੀ ਹਵੇਲੀ ਦੇ ਚੌਗਿਰਦੇ ਮੋਰਚਾ ਬੰਦੀ ਕਰ ਲਿਓ, ਤੁਹਾਡੇ ਵਰਗੇ ਸੂਰਮੇ ਦੇ ਹੁੰਦੇ ਕੋਈ ਵੈਰੀ ਇੱਥੇ ਹਵੇਲੀ ਦੇ ਨੇੜੇ ਨਾ ਢੁੱਕ ਸਕੇ। ਮਹਾਰਾਜ ਨੇ ਆਖਣਾ ਕੀਤਾ, ਭਾਈ ਦਿਆਸ ਸਿੰਘ ਜੀ ਤੰਗ ਆਮਦ ਵਾ ਜੰਗ ਆਮਦ। ਕਹਿਣ ਲੱਗੇ ਗੁਰਦੇਵ ਪਾਤਸ਼ਾਹ ਬਿਲਕੁਲ ਹਕੀਕਤ ਹੈ। ਮਹਾਰਾਜ ਆਖਣ ਲੱਗੇ, ਵੈਰੀ ਦੇ ਹੁੰਦਿਆਂ ਦੋਵੇਂ ਹੱਥ ਖੜੇ ਕਰਕੇ ਭੱਜ ਜਾਣਾ, ਇਹਦੇ ਵਰਗਾ ਕਹਿਰ ਕੋਈ ਨਹੀਂ, ਡਰਪੋਕ ਕੋਈ ਨਹੀਂ, ਪਰ ਜੇ ਕਿਤੇ ਵੈਰੀ ਚੜ੍ਹ ਕੇ ਆ ਜਾਵੇ ਤੇ ਸਾਹਮਣੇ ਡੱਟ ਕੇ ਤੁਸਾਂ ਨੇ ਖਲੋ ਜਾਣਾ, ਉਹਦੇ ਵਰਗਾ ਦਲੇਰ ਕੋਈ ਨਹੀਂ। ਭਾਈ ਦਿਆਸ ਨੇ ਜਾ ਕੇ ਸੂਰਮੇ ਨੂੰ ਆਖਣਾ ਕੀਤਾ, ਖਾਲਸਾ ਜੀ ਚਮਕੌਰ ਦੀ ਧਰਤੀ ਦੇ ਉੱਤੇ ਲੱਖਾਂ ਵੈਰੀ ਆ ਗਏ ਨੇ ਤੇ ਸੰਗਤ ਜੀ 1.25 ਲੱਖ 10 ਲੱਖ ਮਹਾਰਾਜ ਨੇ ਆਪਣੀ ਜ਼ਫਰਨਾਮੇ ਦੇ ਅੰਦਰ ਲਿਖਿਆ। ਵੈਸੇ ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ ਤੇ ਆਪਾਂ ਹੈਰਾਨ ਹੋ ਜਾਈਦਾ ਕਿ 10 ਲੱਖ ਕਿਤੇ ਐਵੇਂ ਨਹੀਂ ਸੀ ਬਣ ਜਾਂਦਾ। ਵੈਸੇ 22 ਧਾਰ ਦੇ ਕੁੱਲ ਪਹਾੜੀ ਰਾਜੇ ਨੇ, ਸ਼ਾਇਦ ਫੌਜ ਵੱਧ ਵੀ ਹੋ ਸਕਦੀ ਹੈ, ਪਰ ਮਹਾਰਾਜ ਨੇ ਆਖਣਾ ਕੀਤਾ 10 ਲੱਖ, ਕਿਉਂਕਿ 22 ਧਾਰ ਇਹਦਾ ਮਤਲਬ 22 ਰਿਆਸਤਾਂ। ਹੁਣ ਇੱਕ ਰਿਆਸਤ ਦੇ ਕੋਲ ਘੱਟੋ ਘੱਟ 1 ਲੱਖ ਦੀ ਫੌਜ ਹੋ ਸਕਦੀ ਹੈ, ਬਹੁਤ ਵੱਡੀ ਫੌਜ ਹੋ ਸਕਦੀ ਹੈ ਨਾ। ਸ਼ਾਇਦ ਮੰਨ ਲਿਆ ਵੀ ਉਹਨਾਂ ਦੇ ਵਿੱਚੋਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਫੌਜਾਂ ਪਿੱਛੇ ਰਹਿ ਗਈਆਂ। ਅਤੇ ਖਾਲਸਾ ਜੀ ਮਹਾਰਾਜ ਨੇ ਆਖਣਾ ਕੀਤਾ, ਖਾਲਸਾ ਜੀ ਸ਼ੰਕਾ ਨਹੀਂ ਕਰਨੀ, 10 ਲੱਖ ਦਾਕੀਰਾ ਜ਼ਫਰਨਾਮੇ ਦੇ ਅੰਦਰ। ਇੱਕ ਸਿਕਸਤਨਾਮਾ, ਇੱਕ ਜ਼ਫਰਨਾਮਾ ਮਹਾਰਾਜ ਨੇ ਲਿਖਿਆ, ਜ਼ਫਰਨਾਮਾ ਫਤਿਹ ਦੀ ਚਿੱਠੀ। ਕਦੇ ਮਹਾਰਾਜ ਨੇ ਇੱਕ ਬਚਨ ਆਖਿਆ ਸੀ, ਕਿਹੜਾ ਬਚਨ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਹਿਣ ਲੱਗੇ ਵੀ ਮਹਾਰਾਜ ਦੇ ਸਾਹਮਣੇ ਤਲਵਾਰ ਲੈ ਕੇ ਜਦੋਂ ਜਲਾਲੂਦੀਨ ਆਇਆ ਨਾ, ਕਹਿਣ ਲੱਗਾ ਮਹਾਰਾਜ ਮੇਰੀ ਤਲਵਾਰ ਤੋਂ ਅੱਜ ਤੋਂ ਕੋਈ ਬਚ ਨਹੀਂ ਸਕਿਆ। ਮਹਾਰਾਜ ਕਹਿਣ ਲੱਗੇ, ਬਿਲਕੁਲ ਹਕੀਕਤ ਹੈ, ਕੋਈ ਸ਼ੱਕ ਨਹੀਂ, ਕੋਈ ਸ਼ੰਕਾ ਨਹੀਂ, ਜੋ ਤੂੰ ਕਹਿ ਰਿਹਾ ਬਿਲਕੁਲ ਦਰੁਸਤ ਹੈ, ਪਰ ਇੱਕ ਗੱਲ ਯਾਦ ਰੱਖੀ, ਤੇਰੇ ਹੱਥਾਂ ਵਿੱਚ ਫੜੀ ਹੋਈ ਤੇਗ ਹੈ ਤੇ ਇੱਧਰ ਤੇਗ ਬਹਾਦਰ ਬੈਠਾ ਹੋਇਆ, ਤੇਰੀ ਤੇਗ ਦਾ ਮੁਕਾਬਲਾ ਅੱਜ ਬਹਾਦਰੀ ਨਾਲ ਹੋਵੇਗਾ। ਮਹਾਰਾਜ ਕਹਿਣ ਲੱਗੇ, ਗੱਲ ਚੇਤੇ ਰੱਖੀ, ਤੂੰ ਮੈਨੂੰ ਤਲਵਾਰ ਨਾਲ ਮਾਰਨ ਦੀਆਂ ਗੱਲਾਂ ਕਰਦਾ, ਯਾਦ ਰੱਖੀ ਕਿ ਦਿਨ ਐਸਾ ਖਾਲਸਾ ਪੈਦਾ ਹੋਵੇਗਾ ਜਿਹੜਾ ਤੈਨੂੰ ਤਲਵਾਰ ਦੀ ਨੋਕ ਦੇ ਨਾਲ ਨਹੀਂ ਕਲਮ ਦੀ ਨੋਕ ਨਾਲ ਮਾਰ ਦੇਵੇਗਾ, ਕਲਮ ਦੀ ਨੋਕ ਦੇ ਨਾਲ। ਇੱਕ ਪਾਸੇ ਬਾਪੂ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਮੈਂ ਜਨੇਊ ਪਾਉਣਾ ਨਹੀਂ, ਤੇ ਉਹੀ ਉਹ ਜੋਤ ਨੌਵੀਂ ਕਹਿ ਰਹੀ ਹੈ ਮੈਂ ਜਨੇਊ ਲੈ ਨਹੀਂ ਦੇਣਾ, ਬਸ ਫਰਕ ਇੰਨਾ ਕੁ ਹੈ। ਤੇ ਸੰਗਤ ਜੀ ਜੋਤ ਕਿਤੇ ਦੱਸ ਨਹੀਂ, ਸਰੀਰ
ਬਦਲਦੇ ਰਹਿੰਦੇ ਨੇ ਤੇ ਜੋਤ ਇੱਕੋ ਰਹੀ ਹੈ। ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟਦੀ ਹੈ, ਰਾਮਕਲੀ ਕੀ ਵਾਰ ਦੇ ਅੰਦਰ ਸਤਿਗੁਰੂ ਕਹਿ ਰਹੇ ਨੇ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਗੁਰੂ ਘਰ ਦੇ ਅੰਦਰ ਸਰੀਰਾਂ ਦੀ ਪੂਜਾ ਨਹੀਂ, ਇੱਥੇ ਜੋਤ ਦੀ ਪੂਜਾ ਹੈ। ਸਰੀਰ ਨੇ ਮਰ ਮਿਟ ਜਾਣਾ, ਸਰੀਰ ਨੇ ਚੱਲਿਆ ਜਾਣਾ, ਕਿਹੜੀ ਗੱਲ ਦਾ ਤੂੰ ਮਾਣ ਕਰਦਾ? ਇੱਕ ਵਿਦਵਾਨ ਸੱਜਣੇ ਬਹੁਤ ਕਮਾਲ ਦੀ ਗੱਲ ਲਿਖੀ ਹੈ, ਉਹ ਕਹਿੰਦੇ ਮਾਣ ਹੁਸਨ ਦਾ ਕਰਨਾ ਬੈਠੀ ਕਿਧਰੇ ਭੁੱਲ ਭੁਲੇਖੇ, ਸੂਤ ਦੀ ਅੱਟਿਓ ਮਿਸਰ ਦੀ ਮੰਡੀ ਮੈਂ ਯੂਸੇ ਵਿਕਦੇ ਵੇਖੇ, ਜਿਹਨਾਂ ਅੱਖਾਂ ਵਿੱਚ ਅੱਖਰ ਦਾ ਸੀ ਪੀਸਿਆ ਹੋਇਆ ਸੁਰਮਾ, ਉਹਨਾਂ ਅੱਖਾਂ ਵਿੱਚ ਪਏ ਆਲਣੇ ਮੈਂ ਵੋਟਾਂ ਦੇ ਵੇਖੇ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਕੱਜਲ ਰੇਖਣਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਕਿਹੜੀ ਗੱਲ ਦਾ ਤੂੰ ਮਾਣ ਕਰਦੇ? ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲਾ ਮੋਇਆਂ ਉੱਪਰ ਹੋਏ, ਕਦੇ ਭੁੱਲ ਕੇ ਵੀ ਕਿਤੇ ਮਿੱਟੀ ਨੂੰ ਨਾ ਕਿਤੇ ਖਾਲਸੇ ਜੀ ਨਿੰਦੀ, ਤੇਰੇ ਕੀਤੇ ਇਹ ਗੁਨਾਹ ਦੇ ਉੱਤੇ ਪਰਦਾ ਪਾਉਂਦੀ ਹੈ, ਇੱਕ ਮਿੱਟੀ ਹੀ ਹੈ, ਇੱਕ ਧਰਤੀ ਹੀ ਐਸੀ ਹੈ, ਜਦੋਂ ਤੂੰ ਹਿੱਕ ਤਾਣ ਕੇ ਤੁਰਦਾ ਤੇ ਤੇਰਾ ਸਭ ਕੁਝ ਬਰਦਾਸ਼ਤ ਕਰ ਲੈਂਦੀ ਹੈ, ਤੂੰ ਧਰਤੀ ਦੇ ਉੱਤੇ ਤੁਰਦਾ ਫਿਰਦਾ, ਪਰ ਜਦੋਂ ਤੇਰੇ ਵਰਗਾ ਗੁਨਾਹ ਕਰਕੇ ਚਲਾ ਜਾਂਦਾ ਤੇਰੇ ਔਗਣਾਂ ਨੂੰ ਵੀ ਛੁਪਾ ਕੇ ਫਿਰ ਮਿੱਟੀ ਆਪਣੇ ਵਿੱਚ ਦਬੋਚ ਲੈਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਉਹ ਜਿਹੜੀਆਂ ਸੂਰਤਾਂ ਚੜਨਾ ਚਬਾਰਿਆ ਤੇ ਜੀਓ ਧੀਏ ਜੀ ਬਹੁਤ ਅੱਛੇ, ਉਹ ਇੱਕ ਦਿਨ ਚਿਖਾ ਦੇ ਚੜਦੀਆਂ ਵੇਖੀਆਂ ਮੈਂ। ਕਿਆ ਬਾਤ ਹੈ! ਜਿਹੜੀਆਂ ਸੂਰਤਾਂ ਚੜਨ ਚਵਾਰਿਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ, ਜਿਨ੍ਹਾਂ ਜ਼ੁਲਫਾਂ ਨੂੰ ਅਤਰ ਦਾ ਤੇਲ ਲੱਗੇ, ਘਾ ਵਾਂਗਰਾਂ ਸਰਦੀਆਂ ਵੇਖੀਆਂ ਮੈਂ। ਕਿਹੜੀ ਗੱਲ ਦਾ ਤੂੰ ਮਾਣ ਕਰਦਾ ਹੈ? ਵੱਡਾ ਹੋਣ ਦਾ ਮਾਣ ਕਰਦਾ, ਧੀਆਂ ਪੁੱਤਰਾਂ ਦਾ ਹੋਣ ਦਾ ਮਾਣ ਕਰਦਾ ਹੈ। ਪਾਤਸ਼ਾਹ ਕਹਿ ਰਹੇ ਨੇ ਕਿਸੇ ਗੱਲ ਦੇ ਵੀ ਤੈਨੂੰ ਮਾਣ ਨਹੀਂ ਕਰਨਾ ਚਾਹੀਦਾ। ਪਾਤਸ਼ਾਹ ਦੇ ਬੜੇ ਸੁੰਦਰ ਬੱਚੇ ਨੇ ਪਾਵਨ ਪਿੱਤਰ ਬਾਣੀ ਦੇ ਅੰਦਰ, ਜਿਸ ਕੀ ਵਸਤ ਸੋ ਲੈ ਜਾਏਗਾ, ਰੋਸ ਕਿਸੇ ਸੋ ਕੀਜੇ, ਤੇ ਜਦੋਂ ਖਾਲਸਾ ਹੀ ਵਸਤਾਂ ਮਿਲ ਜਾਂਦੇ ਤੇ ਮੇਰੀ ਹੈ, ਤੇ ਜਦੋਂ ਕੋਈ ਦੁੱਖ ਵਿਆਪਦਾ ਫਿਰ ਕਹਿੰਦੇ ਵੀ ਰੱਬ ਨੇ ਦੇਤਾ, ਰੱਬ ਨਹੀਂ ਕਿਸੇ ਨੂੰ ਦੁੱਖ ਦਿੰਦਾ। ਇਹ ਵੀ ਇੱਕ ਬੇਨਤੀ ਸੁਣਿਓ, ਮਨੁੱਖ ਦੇ ਆਪਣੇ ਸਿਹੜੇ ਹੋਏ ਦੁੱਖ ਨੇ, ਆਪਣੇ ਸਿਹੜੇ ਦੁੱਖ ਮਨੁੱਖ ਦੇ ਆਪਣੇ, ਗੱਲ ਮੇਰੀ ਨਾ ਹੋ ਜਾਵੇ, ਮੈਂ ਸਮੇਂ ਦੇ ਅੰਦਰ ਰਹਿ ਕੇ ਮੈਂ ਤੁਹਾਡੇ ਦਰਸ਼ਨ ਦਰ ਕਰਨੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ, ਖਾਲਸਾ ਜੀ ਚਿੰਤਾ ਕਰਨ ਦੀ ਲੋੜ ਨਹੀਂ, ਘਾਬਰ ਦੀ ਲੋੜ ਨਹੀਂ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਹਜ਼ੂਰ ਨੇ ਆਖਣਾ ਕੀਤਾ ਵੀ ਇਸ ਹਵੇਲੀ ਦੇ ਚੌਗਿਰ ਦੇ ਆਪਣੇ ਕੋਲ ਤੀਰਾਂ ਦੇ ਤਲਵਾਰਾਂ ਦੇ ਢੇਰ ਲਾ ਲਿਓ, ਜਦੋਂ ਵੀ ਕੋਈ ਮਾਈ ਦਾ ਲਾ ਤੁਹਾਡੇ ਉੱਤੇ ਹਮਲਾਵਰ ਹੋਵੇ ਨਾ, ਤੁਹਾਡੇ ਵਰਗੇ ਸੂਰਮੇ ਦੇ ਹੁੰਦਿਆਂ ਕਿਤੇ ਸੁੱਕਾ ਨਾ ਬਚ ਕੇ ਨਿਕਲ ਜਾਵੇ। ਬਾਈ ਧਾਰ ਦੇ ਕੁੱਲ ਪਹਾੜੀ ਰਾਜੇ ਕੁੱਟਲ ਨੀਤੀ ਦੇ ਨਾਲ ਹਵੇਲੀ ਦੇ ਅੰਦਰ ਵੜਨਾ ਚਾਹੁੰਦੇ ਸਨ।
ਭਾਈ ਦਿਆਲ ਸਿੰਘ ਨੇ ਆਖਣਾ ਕੀਤਾ, ਮਹਾਰਾਜ ਬੈਰੀ ਦਲ ਬੁਜ਼ਦਰੀ ਦੇ ਨਾਲ ਕਾਇਰਤਾ ਦੇ ਨਾਲ ਇਹ ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਗੱਲ ਕਰ ਰਹੇ ਨੇ। ਮਹਾਰਾਜ ਕਹਿਣ ਲੱਗੇ ਵੀ ਤੁਹਾਡੀ ਕੀ ਵਿਚਾਰ? ਕਹਿਣ ਲੱਗੇ ਪਾਤਸ਼ਾਹ ਆਗਿਆ ਦਿਓ, ਪੰਜਾਂ ਸਿੰਘਾਂ ਦਾ ਜੱਥਾ ਜਾ ਕੇ ਮੈਦਾਨੇ ਜੰਗ ਵੀ ਜਾਵੇ, ਤੁਹਾਡੇ ਬੱਚਨ ਹੋ ਚੁੱਕੇ ਨੇ। ਇਹ ਪਾਕ ਪਵਿੱਤਰ ਧਰਤੀ ਦੂਰੋਂ ਦੂਰੋਂ ਚੱਲ ਕੇ ਲੋਕ ਨੂੰ ਸਜਦੇ ਸਲਾਮ ਕਰਨ ਵਾਸਤੇ ਆਇਆ ਕਰਨਗੇ। ਮਹਾਰਾਜ ਹੁਣ ਗੰਦੇ ਪੈਰ ਵੈਰੀ ਦੇ ਇਸ ਹਵੇਲੀ ਦੇ ਅੰਦਰ ਅਸੀਂ ਨਹੀਂ ਪੈਣ ਦੇਵਾਂਗੇ। ਪੰਜਾਂ ਸਿੰਘਾਂ ਨੇ ਜਿੱਥੇ ਮਹਾਰਾਜ ਨੇ ਤੋਰੇ ਮੈਦਾਨੇ ਜੰਗ ਵਿੱਚ ਗਏ, ਅਤੇ ਖਾਲਸਾ ਜੀ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਬਹੁਤਿਆਂ ਦੇ ਵਿੱਚੋਂ ਕੁਝ ਸਿੰਘ ਸ਼ਹੀਦ ਹੋ ਗਏ, 17-18 ਸਿੰਘ ਸ਼ਹੀਦ ਹੋ ਗਏ ਨਾ, ਇੱਕ ਮੁੱਛਫੁੱਟ ਗੱਭਰੂ, ਗੰਨੇ ਵਰਗਾ ਲੰਮਾ ਸਰੀਰ, ਇਹਦੇ ਨਰਗਿਸ਼ ਵਰਗੇ ਨੈਣ, ਇਹਦੇ ਪਪੀਸਿਆਂ ਵਰਗੇ ਬੁੱਲ, ਇਹ ਗੁਰਦੇਵ ਪਿਤਾ ਦੇ ਕੋਲ ਆ ਗਿਆ। ਇਹਨੇ ਗੁਰਦੇਵ ਪਿਤਾ ਦੇ ਕੋਲ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਪਾਤਸ਼ਾਹ ਇਤਿਹਾਸ ਲਿਖਣ ਵਾਲੀਆਂ ਕਲਮਾਂ ਕੀ ਆਖਣਗੀਆਂ? ਮਹਾਰਾਜ ਕਹਿਣ ਲੱਗੇ ਪੁੱਤਰ ਜੀ ਕੀ ਆਖਣਗੀਆਂ ਇਤਿਹਾਸਕਾਰਾਂ ਦੀਆਂ ਕਲਮਾਂ? ਕਹਿਣ ਲੱਗੇ ਮਹਾਰਾਜ ਇਤਿਹਾਸਕਾਰਾਂ ਦੀਆਂ ਕਲਮਾਂ ਕਿਤੇ ਇਹ ਨਾ ਲਿਖ ਦੇਣ ਕਿ ਮਹਾਰਾਜ ਨੇ ਆਪਣੇ ਵਿਚਾਲੇ ਦੇ ਲੋਕਾਂ ਦੇ ਮਰਵਾ ਕੇ ਇੱਥੋਂ ਤੁਰਦਾ ਬਣਿਆ। ਗੱਲ ਮੈਨੂੰ ਚੰਗੀ ਨਹੀਂ ਲੱਗਣੀ। ਹਜ਼ੂਰ ਨੇ ਆਖਣਾ ਕੀਤਾ, ਪੁੱਤਰ ਜੀ ਫਿਰ ਤੁਸੀਂ ਕੀ ਚਾਹੁੰਦੇ ਹੋ? ਕਹਿਣ ਲੱਗੇ ਪਾਤਸ਼ਾਹ ਮੈਂ ਵੀ ਚਾਹੁੰਦਾ ਮੈਦਾਨੇ ਜੰਗ ਵੀ ਜਾ ਕੇ ਮੈਂ ਦੋ ਹੱਥ ਕਰ ਲਵਾਂ, ਮੈਂ ਸ਼ਹੀਦੀ ਗਾਣੇ ਦੀ ਗੱਲ ਕਰਨ ਲੱਗਾ, ਸਾਡੇ ਗੁੱਟਾਂ ਉੱਤੇ ਬੰਨੇ ਹੋਏ ਧਾਗਿਆਂ ਦੀ ਗੱਲ ਨਹੀਂ, ਇਹ ਹੈ ਖਾਲਸਾ ਸ਼ਹੀਦੀ ਗਾਣਿਆਂ ਦੀ ਗੱਲ। ਭੈਣਾਂ ਜਦੋਂ ਕਿਤੇ ਆਪਣੇ ਵੀਰਾਂ ਨੂੰ ਮੈਦਾਨੇ ਜੰਗ ਦੇ ਵੱਲ ਤੋਰਦੀਆਂ ਨੇ, ਮਾਵਾਂ ਆਪਣੇ ਫੌਜੀ ਪੁੱਤਰਾਂ ਨੂੰ ਤੋਰਦੀਆਂ ਨੇ, ਤੇ ਇਸਤਰੀ ਆਪਣੇ ਖਾਲਸਾ ਪਤੀ ਨੂੰ ਤੋਰਦੀ ਹੈ, ਤੇ ਭੈਣ ਵੀ ਕਈ ਵਾਰ ਆਪਣੇ ਭਰਾ ਨੂੰ ਤੋਰਦੀ ਹੈ, ਤੇ ਕਹਿਣ ਲੱਗੀ ਵੀਰਿਆ ਇਸ ਮੇਰੀ ਬੰਨੀ ਹੋਈ ਧਾਗੇ ਦੀ ਲਾਜ ਰੱਖੀ ਲਾਜ, ਪਰ ਮੈਂ ਇੱਕ ਬੇਨਤੀ ਕਰਨ ਲੱਗਾ, ਸਾਨੂੰ ਇਨਸਾਫ ਅੱਜ ਮੋਮਬੱਤੀਆਂ ਦੇ ਨਾਲ ਨਹੀਂ ਮਿਲਣਾ, ਇਨਸਾਫ ਮੋਮਬੱਤੀਆਂ ਦੇ ਨਾਲ ਨਹੀਂ ਸਾਨੂੰ ਮਿਲਣਾ, ਤੇ ਇਹ ਤਲਵਾਰਾਂ ਦੇ ਨਾਲ ਸਾਨੂੰ ਇਨਸਾਫ ਮਿਲਣਾ, ਤਲਵਾਰਾਂ ਦੇ ਨਾਲ। ਮੈਂ ਅਕਸਰ ਸਟੇਜਾਂ ਦੇ ਉੱਤੇ ਮੇਰਾ ਆਪਣਾ ਇੱਕ ਦੁੱਖ ਹੈ, ਮੈਂ ਆਪ ਨਾਲ ਇੱਕ ਬੇਨਤੀ ਸਾਂਝੀ ਕਰਨ ਲੱਗਾ, ਜੇ ਕਿਤੇ ਮੇਰੀ ਧੀ ਨੇ ਕਲਕੱਤੇ ਦੀ ਧਰਤੀ ਦੇ ਉੱਤੇ ਡਾਕਟਰ ਨੇ ਕਿਤੇ ਸਰਦਾਰ ਗੁਰਮੇਲ ਸਿੰਘ ਜੀ ਅੰਮ੍ਰਿਤਪਾਨ ਕੀਤਾ ਹੁੰਦਾ ਨਾ, ਤਾਂ ਮੇਰੀ ਧੀ ਦੀ ਇੱਜ਼ਤ ਕਿਤੇ ਲੀਰੋ ਲੀਰ ਨਾ ਹੁੰਦੀ। ਪੁੱਛ ਕੇ ਦੇਖੋ ਜੇ ਮਾਂ ਅਤੇ ਪਿਓ ਦੇ ਕੋਲੋਂ ਜਿਹਨਾਂ ਨੇ ਆਪਣੀ ਧੀ ਦਾ ਨੰਗੇਜ ਤੱਕਿਆ, ਧੀ ਦੇ ਅੱਖਾਂ ਦੇ ਅੰਦਰ ਐਨਕਾਂ ਦੇ ਸ਼ੀਸ਼ੇ ਫੁੱਟੇ ਹੋਏ ਤੱਕੇ, ਤੇ ਧੀ ਦੇ ਸਰੀਰ ਨੂੰ ਲਹੂ ਲੁਹਾਣ ਹੁੰਦਾ ਤੱਕਿਆ, ਤੇ ਜ਼ਾਲਮਾਂ ਤੇ ਦਰਿੰਦਿਆਂ ਨੇ ਖਾਲਸਾ ਜੀ ਉਸ ਧੀ ਦਾ ਕਿੱਡਾ ਵੱਡਾ ਨੁਕਸਾਨ ਕੀਤਾ ਹੈ। ਜੇ ਕਿਤੇ ਧੀ ਦਾ ਅੱਜ ਕਿਤੇ ਅੰਮ੍ਰਿਤਪਾਨ ਕੀਤਾ ਹੁੰਦਾ, ਸਰੀਸਾ ਪਾਈ ਹੁੰਦੀ, ਸ਼ਾਇਦ ਅੱਜ ਮੇਰੀ ਧੀ ਦਾ ਐਡਾ ਨੁਕਸਾਨ ਨਾ ਹੁੰਦਾ, ਤੇ ਅੱਜ ਅਸੀਂ ਪੱਟੇ ਕਰਵਾ ਕੇ ਬਹੁਤ ਹੀ ਸਤਿਕਾਰੂ ਪੰਥ ਦੇ ਕੌਮ ਦੇ ਮਹਾਨ ਵਿਦਵਾਨ ਮੇਰੇ ਵੱਡੇ ਭਾਈ ਸਾਹਿਬ ਜੀ ਕਹਿਵੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ ਵਾਲੀ ਗੱਲ, ਵੀਰ ਬਲਵੀਰ ਸਿੰਘ ਪਾਰਕ ਸਾਹਿਬ, ਵੀਰ ਰਣਜੀਤ ਸਿੰਘ ਕਹਿਵੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ ਵਾਲੀ ਗੱਲ ਹੈ। ਮੇਰੀਆਂ ਸਤਿਕਾਰਕ ਧੀਆਂ ਸਮੇਤ ਜੱਥੇ ਇੱਥੇ ਪਹੁੰਚੇ ਨੇ, ਮੈਂ ਉਹਨਾਂ ਜੀ ਐਂ ਕਹਿੰਦਾ ਮੈਂ ਧੰਨਵਾਦ ਕਰਦਾ, ਇਲਾਕੇ ਦੇ ਅੰਦਰ ਆਏ ਨੇ, ਇਲਾਕਾ ਵੈਸੇ ਇਹਨਾਂ ਦਾ ਆਪਣਾ ਹੀ ਹੈ, ਸਾਰੇ ਇਲਾਕੇ ਦੇ ਅੰਦਰ ਆਉਂਦੇ ਨੇ, ਔਰ ਬੜਾ ਪਿਆਰ ਅਤੇ ਸਤਿਕਾਰ ਜਦੋਂ ਕੋਈ ਇਸ ਇਲਾਕੇ ਦੇ ਵਿੱਚੋਂ ਜੱਥਾ ਇਹਨਾਂ ਦੇ ਇਲਾਕੇ ਦੇ ਅੰਦਰ ਜਾਂਦਾ, ਬਹੁਤ ਪਿਆਰ ਅਤੇ ਸਤਿਕਾਰ ਬਖਸ਼ਦੇ ਨੇ, ਜਦੋਂ ਕਿਤੇ ਇਹਨਾਂ ਦੇ ਨਗਰ ਦੇ ਅੰਦਰ ਜਾਂਦਾ ਉਚੇਚੇ ਤੌਰ 'ਤੇ ਜੱਥਿਆਂ ਨੂੰ ਆਪਣੇ ਘਰ ਬੁਲਾ ਕੇ ਬੜਾ ਸਤਿਕਾਰ ਬਖਸ਼ਦੇ ਨੇ। PTC ਚੈਨਲਾਂ ਦੇ ਉੱਤੇ ਅੱਜ ਜੱਥਿਆਂ ਦਾ ਸਤਿਕਾਰ ਕਰਨ ਵਾਲੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਪਾਰਸ ਉਚੇਚੇ ਤੌਰ 'ਤੇ ਤਸ਼ਰੀਫ ਫਰਮਾ ਹੋਏ ਨੇ, ਮੈਂ ਜੀ ਐਂ ਕਹਿੰਦਾ ਮੈਂ ਧੰਨਵਾਦ ਕਰਦਾ। ਆਓ ਸੰਗਤ ਜੀ ਆਪਣੇ ਸਮੇਂ ਦੇ ਅੰਦਰ ਹੈ ਕਿ ਮੈਂ ਬੇਨਤੀ ਕਰਨ ਲੱਗਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ, ਖਾਲਸਾ ਜੀ ਅੱਜ ਜੋ ਤੁਹਾਡਾ
ਮਨ ਦੇ ਰਾਦੇ ਨੇ ਅੱਜ ਤੁਹਾਡੇ ਤਸਵਰ ਖਿਆਲ ਮਨ ਦੀ ਉਡਾਰੀ ਕਿਤੇ ਸੁਪਨੇ ਤੁਹਾਡੇ ਕਿਤੇ ਅਧੂਰੇ ਨਾ ਰਹਿ ਜਾਣ। ਅੱਜ ਵੱਡੇ ਸਾਹਿਬਜ਼ਾਦੇ ਨੇ ਪਾਤਸ਼ਾਹ ਦੇ ਸਾਹਮਣੇ ਆਖਣਾ ਕੀਤਾ ਵੀ ਆਗਾ ਦੋ ਪਿਤਾ ਜੀ ਮੈਂ ਜੰਗ ਨੂੰ ਜਾਵਾਂ, ਮੈਂ ਬਟਰਾ ਬਣ ਕੇ ਖੂਨ ਦਾ ਰੱਜ ਰੱਜ ਕੇ ਨਹਾਵਾਂ, ਪੁੱਤ ਲੋਕਾਂ ਦੇ ਵਿਆਹ ਦੇ ਨਾਰੀਆਂ, ਮੈਂ ਬਹੁਤ ਵਿਆਹਾਂ, ਮੈਂ ਛੜ ਛੜ ਤੀਰ ਕਰੂੰਡੀਏ ਅੱਗ ਦਲਾਂ ਨੂੰ ਨਾਵਾਂ, ਮੈਂ ਕਰ ਬੈਰੀ ਦੇ ਟੱਕਰੇ ਇੱਲਾਂ ਨੂੰ ਪਾਵਾਂ, ਜੋ ਭੁੱਖਿਆਂ ਨੇ ਕੱਲ੍ਹ ਜੋਗਣਾ ਉਹਨਾਂ ਬਾਸ ਖੁਆਵਾਂ, ਪਿਤਾ ਜੀ ਮੇਰਾ ਨਾਮ ਅਜੀਤ ਸਿੰਘ ਜਿੱਤਿਆ ਨਾ ਜਾਵਾਂ। ਕਹਿੰਦੇ ਕਲਗੀ ਵਾਲੇ ਨੇ ਨੇਕ ਖਿਆਲ ਸੁਣ ਕੇ ਛਾਤੀ ਲਾ ਲਿਆ ਘੁੱਟ ਅਜੀਤ ਤਾਈ, ਬੇਟਾ ਪਾਲਿਆ ਲਾਡਾਂ ਦੇ ਨਾਲ ਤੈਨੂੰ, ਤੂੰ ਵੀ ਪਾਲਖਾ ਦਾਦੇ ਦੀ ਰੀਤ ਆਈ, ਮੇਰੇ ਸੋਹਣਿਆ ਮੁੜਿਆ ਮਾਣ ਬੋਜਾਂ ਹਸਗਾ ਸ਼ਹੀਦੀ ਦੇ ਗੀਤ ਆਈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ, ਬੇਟਾ ਤੁਸੀਂ ਇਕੱਲੇ ਨਹੀਂ, ਤੁਹਾਡੇ ਨਾਲ 8 ਸਿੰਘ ਹੋਰ ਜਾਣਗੇ, ਕੁੱਲ ਗਿਣਤੀ ਹੋ ਗਈ 9। ਗੁਰਦੇਵ ਪਿਤਾ ਦੇ ਸਾਹਮਣੇ ਆ ਗਏ, ਜਦੋਂ ਗੁਰਦੇਵ ਪਿਤਾ ਦੇ ਸਾਹਮਣੇ ਆਏ ਤੇ ਖਾਲਸਾ ਜੀ ਅੱਜ ਅਸੀਂ ਮੌਲੀਆਂ ਦੇ ਕੋਲੋਂ, ਧਾਗਿਆਂ ਦੇ ਕੋਲੋਂ, ਤਬੀਤਾਂ ਦੇ ਕੋਲੋਂ, ਪੰਡਿਤਾਂ ਦੇ ਕੋਲੋਂ, ਜੋਤਸ਼ੀਆਂ ਦੇ ਕੋਲੋਂ ਪੁੱਛੋ ਨਾਲੋਂ ਨਾ, ਜਦੋਂ ਕੋਈ ਕਾਰਜ ਕਰਨਾ ਹੁੰਦਾ ਤਾਂ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਕਾਰਜ ਕਰਿਆ ਕਰੋ, ਕਿਉਂਕਿ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਕੀਤਾ ਲੋੜੀਏ ਕੰਮ ਸੁਹਰ ਪੈ। ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ 9 ਸਿੰਘ ਆਏ, ਵੀ ਹਜ਼ੂਰ ਨੇ ਪ੍ਰਿਥ ਭਗਤੀ ਤੋਂ ਲੈ ਕੇ ਸਰਬੱਤ ਕੇ ਭਲੇ ਤੱਕ ਸੋਧਿਆ ਅਰਦਾਸਾ, ਗੁਰਦੇਵ ਪਿਤਾ ਨੇ ਦਿੱਤੀ ਆਸ਼ੀਰਵਾਦ, ਵੀ ਲੈ ਕੇ ਪਿਤਾ ਦੇ ਕੋਲ ਆ ਕੇ ਮਾਰ ਕੇ ਪਲਾ ਕੀ ਹੋ ਗਿਆ, ਘੋੜੇ ਦੇ ਸਾਰੇ ਖਿੱਚੇ ਵਾਗਾ ਲਾਈ ਅੱਡੀ ਛੱਡੇ, ਸਤਿ ਸ੍ਰੀ ਅਕਾਲ ਦੇ ਜਕਾਰੇ, ਬੜੇ ਸ਼ਬਦ ਗਗਰਦ ਬਾਬਾ ਬਾਜੋ ਪਰੇ ਨਿਸ਼ਾਨ ਹੈ, ਕਹੋ ਕਿ ਜੋ ਮਡੋ ਸੁਰਬ ਚੂਜਰ ਕੋ ਤਾਓ ਸੂਰਾ ਸੋ ਬੱਚਾ ਦੀਆਂ ਜੋ ਲੜੇ ਦੀਰ ਕੇ ਖੇਤ ਪ੍ਰਜਾ ਪ੍ਰਜਾ ਕਮਰੇ ਕਮਰੇ ਛੱਡ ਹੈ ਖੇਤ, ਇਹਨੇ ਮਾਰੀ ਘੋੜੇ ਨੂੰ ਅੱਡੀ, ਘੋੜਾ ਦੌੜਿਆ ਖੁੱਲ ਗਿਆ ਬੜੀ ਦਾ ਬੂਆ, ਭਈ ਹੋ ਕੇ ਆਪੋ ਸਾਹਮਣੇ ਦਲ ਦੋਵੇਂ ਛੁੱਟੇ, ਉੱਥੇ ਤੀਰ ਟਹਿਰਾਂ ਤੋਂ ਚਲਿਆ ਤੋਂ ਛੁੱਟੇ, ਉੱਥੇ ਹਿੱਕਾਂ ਛਾਣੀ ਕੇ ਮੱਥੇ ਫੁੱਟੇ, ਉੱਥੇ ਲੱਥ ਗਏ ਤੜਸਰਾਂ ਤੋਂ ਤਾਂ ਰਹਿ ਗਏ ਬੁੱਟੇ, ਕਲਗੀਧਰ ਦੇ ਸੂਰਮੇ ਦੇ ਮੂੰਹ ਦੇ ਵਿੱਚੋਂ ਆਵਾਜ਼ ਆਈ, ਓਏ ਤੱਤੀ ਤਵੀ ਚ ਵੜ ਕੇ ਕਿਸੇ ਭੋਰੇ ਕਾਲੀ ਸਬਰ ਦੀ ਦੱਸੀਏ, ਜੱਗ ਤੈਨੂੰ ਆਸ਼ਿਕ ਕਿਸਰੇ ਚੌਧਰੀ ਚੌਕ ਅੰਦਰ ਵਰਗੇ ਦੱਸਿਆ ਜਿੜਦਾ, ਟੱਗ ਤੈਨੂੰ ਲੱਥੀ ਤਰੀ ਬਸਤੇ ਲੱਥੀ ਬਸਤੇ ਤਰੀ ਬਸਤਾ ਲਿਆ ਹੋਏ ਦਿੱਤਾ ਸਬਰੇ ਚਰਖੜੀ, ਟੱਗ ਤੈਨੂੰ ਜੁੱਜੂ ਸਾਲੇ ਤੂੰ ਭੱਠਿਆਂ ਵਿੱਚ ਪੈ ਕੇ ਤੂੰ ਚੁਣੇ ਪਰਵਾਨਿਆਂ, ਰੱਗ ਤੈਨੂੰ ਅਸੀਂ ਪੁੱਤਰ ਗੋਬਿੰਦ ਸਿੰਘ ਦੇ ਬਲਵਾਜ ਛੀਲੇ, ਸਾਡੇ ਜੁੱਸੇ ਟਲੇ ਫੁਲਾ ਦੇ ਮਜ਼ਬੂਤ ਠੀਲੇ, ਸਾਡੇ ਨੈਣੀ ਗੈਰਤਵਾਦੀ ਤੇ ਦਿਨ ਲਖੀਲੇ, ਸਾਨੂੰ ਬੇਦਾ ਦੁਸ਼ਮਣ ਦਲਾ ਦੇ ਰੱਗ ਪੈਂਦੇ ਪੀਲੇ, ਅਸੀਂ ਮਾਰੀਆਂ ਵਿੱਚ ਮੈਦਾਨ ਦੇ ਤਲਵਾਰ ਵਸੀਲੇ, ਇੱਕ ਕਲਗੀ ਬਲੇ ਦਾ ਲਾਡਲਾ ਮੈਂ ਤੁਹਾਡੇ ਜਗਦੇ ਤਲਵਾਰ ਦੇ ਜਨਮ ਕਰਵਾ।
ਵਟਾ ਕਰ ਹੌਸਲਾ ਅਜੀਤ ਦੀ ਬਹਾਦਰੀ ਹੋ ਟਿਕ ਪਏ ਵੈਰੀਆਂ ਦੇ ਹਥਿਆਰ ਤਲਵਾਰ ਦੇ ਜ਼ੋਰ ਵਿਖਾਏ ਆਖਿਰਕਾਰ ਸੂਰਮਾ ਸ਼ਹੀਦੀ ਪਾ ਜਾਂਦਾ ਹੈ। ਛੋਟਾ ਸਪੁੱਤਰ ਬਾਬਾ ਜੁਝਾਰ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦਾ, ਕਹਿਣ ਲੱਗਾ, ਪਾਤਸ਼ਾਹ ਜੀ ਕਿੰਨਾ ਚੰਗਾ ਸਮਾਂ ਸੀ ਜਦੋਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ, ਪਰਿਵਾਰ ਇਕੱਠਾ ਚੰਦਰੀ ਸਰਸਾ ਦੇ ਉੱਤੇ ਆ ਕੇ ਪਰਿਵਾਰ ਦਾ ਵਿਛੋੜਾ ਪੈ ਗਿਆ। ਚਮਕੌਰ ਤੱਕ ਪਹੁੰਚਦਿਆਂ ਕੇਵਲ ਅਤੇ ਕੇਵਲ ਅਸੀਂ ਦੋ ਹੀ ਆਏ ਸਨ ਅਤੇ ਵੱਡਾ ਵੀ ਮੇਰੇ ਸਾਹਮਣੇ ਸ਼ਹੀਦੀ ਪਾ ਗਿਆ ਅਤੇ ਮੈਨੂੰ ਵੀ ਆਗਿਆ ਦਿਓ, ਮੈਂ ਵੀ ਮੈਦਾਨੇ ਜੰਗ ਵੀ ਜਾ ਕੇ ਦੋ ਦੋ ਹੱਥ ਕਰ ਲਵਾਂ। ਕਹਿਣ ਲੱਗੇ, ਪਾਤਸ਼ਾਹ, ਭਰਾਵਾਂ ਤੋਂ ਵਿਛੜ ਕੇ ਭਰਾ ਇੱਥੇ ਰਹਿੰਦਾ ਹੋਇਆ ਚੰਗਾ ਨਹੀਂ ਲੱਗਦਾ, ਆਗਿਆ ਤੋਂ ਮੈਨੂੰ ਵੀ ਮੈਦਾਨੇ ਜੰਗ ਵੀ ਜਾ ਕੇ ਮੈਂ ਦੋ ਦੋ ਹੱਥ ਕਰ ਲਵਾਂ। ਗੁਰਦੇਵ ਪਾਤਸ਼ਾਹ ਨੇ ਆਖਣਾ ਕੀਤਾ, ਬੇਟਾ ਘੋੜੇ ਵੀ ਸ਼ਹੀਦ ਹੋ ਚੁੱਕੇ ਨੇ, ਸਿੰਘ ਵੀ ਬਹੁਤ ਤਾਤ ਦੇ ਅੰਦਰ ਸ਼ਹੀਦ ਹੋ ਚੁੱਕੇ ਨੇ, ਤੁਹਾਨੂੰ ਕੇਵਲ ਅਤੇ ਕੇਵਲ ਪੈਦਰੀ ਲੜਨਾ ਪਵੇਗਾ ਅਤੇ ਥੋੜ੍ਹੇ ਸਿੰਘ ਤੁਹਾਡੇ ਨਾਲ ਜਾਣਗੇ। ਕਹਿਣ ਲੱਗਾ, ਗੁਰਦੇਵ ਪਾਤਸ਼ਾਹ, ਕੋਈ ਗੱਲ ਨਹੀਂ, ਤੁਹਾਡਾ ਕਿਰਪਾ ਰੂਪੀ ਹੱਥ ਮੇਰੇ ਸਿਰ ਦੇ ਉੱਤੇ ਹੋਵੇ ਅਤੇ ਮੈਂ ਪੈਦਲ ਲੜਨ ਦੇ ਵਾਸਤੇ ਵੀ ਤਿਆਰ ਹਾਂ, ਮੈਂ ਇਕੱਲਾ ਲੜਨ ਦੇ ਵਾਸਤੇ ਵੀ ਤਿਆਰ ਹਾਂ। ਇਹ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਦੀ ਸ਼ਕਤੀ, ਅਤੇ ਅੰਮ੍ਰਿਤ ਦੀ ਸ਼ਕਤੀ ਨੂੰ ਲੈ ਕੇ ਬਾਬਾ ਜੁਝਾਰ ਸਿੰਘ ਮਹਾਰਾਜ ਦੇ ਕੋਲੋਂ ਲੈ ਕੇ ਆ ਗਿਆ ਥੋੜ੍ਹੇ ਸਿੰਘ ਲੈ ਕੇ ਮੈਦਾਨੇ ਜੰਗ ਦੇ ਅੰਦਰ ਜਾਂਦਾ ਹੈ। ਵੈਰੀਆਂ ਨੇ ਆਖਣਾ ਕੀਤਾ ਵੀ ਮਹਾਰਾਜ ਦੇ ਕੋਲ ਕੋਈ ਹੋਰ ਹੁਣ ਰਹਿ ਤਾਂ ਨਹੀਂ ਗਿਆ, ਕੇਵਲ ਅਤੇ ਕੇਵਲ ਇੱਕੋ ਹੀ ਰਹਿ ਗਿਆ, ਅਤੇ ਇਹਨਾਂ ਨੇ ਆਖਣਾ ਕੀਤਾ ਵੀ ਇਹਨੂੰ ਜਿਉਂਦੇ ਨੂੰ ਫੜਨਾ, ਇਹਨੂੰ ਮਾਰਨਾ ਨਹੀਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਮੇ ਬਾਬਾ ਜੁਝਾਰ ਸਿੰਘ ਹੋਰਾਂ ਅਤੇ ਵੈਰੀਆਂ ਨੇ ਇੱਕ ਘੇਰਾ ਬਣਾ ਲਿਆ। ਘੇਰਾ ਬਣਾ ਕੇ ਖਾਲਸਾ ਜੀ ਸੂਰਮੇ ਦੇ ਉੱਤੇ ਤਲਵਾਰਾਂ ਵਾਹੁਣੀਆਂ ਚਾਹੀਆਂ, ਸੂਰਮਾ ਵੀ ਤਲਵਾਰ ਦੇ ਵਾਰ ਕਰਦਾ ਜਾ ਰਿਹਾ। ਆਖਿਰਕਾਰ ਤਲਵਾਰ ਧੋਖਾ ਦੇ ਗਈ, ਹਥਿਆਰ ਅੱਧ ਵਿਚਾਲੋਂ ਟੁੱਟ ਗਿਆ। ਬੈਰੀਆਂ ਨੇ ਮਾਰ ਮਾਰ ਕੇ ਤੇ ਗਾਂ ਟੁਕੜੇ ਟੁਕੜੇ ਕਰਕੇ ਗੁਰਦੇਵ ਪਾਤਸ਼ਾਹ ਦਾ ਛੋਟਾ ਪੁੱਤਰ ਅੱਜ ਧਰਤੀ ਦੇ ਉੱਤੇ ਸੁੱਟ ਦਿੱਤਾ ਗਿਆ।
ਮਹਾਨ ਸ਼ਹੀਦੀ ਪ੍ਰਾਪਤ ਕਰ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰ ਬੰਦ ਹੋ ਗਏ, ਹਜ਼ੂਰ ਦੀ ਗਰਦਨ ਚੁੱਕ ਗਈ, ਉਹਨਾਂ ਦੇ ਦੋਵੇਂ ਹੱਥ ਜੁੜ ਗਏ। ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਿਆਂ ਕਹਿ ਰਹੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਸਮੇਂ ਦੇ ਅੰਦਰ ਰਹਿ ਕੇ ਪੰਜ ਚਾਰ ਮਿੰਟ ਦਾ ਬਸ ਢਾਡੀ ਕਲਾ ਦਾ ਰੰਗ ਅਲਗੋਜ਼ੇ ਅਲਗੋਜ਼ਿਆਂ ਦੇ ਭਾਅ ਦੇ ਅੰਦਰ ਕਿਵੇਂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਹਾਨ ਸੂਰਮਾ, ਮਹਾਨ ਸੁਪੁੱਤਰ, ਛੋਟਾ ਸੁਪੁੱਤਰ ਬਾਬਾ ਜੁਝਾਰ ਸਿੰਘ ਕਿਵੇਂ ਮਹਾਨ ਸ਼ਹੀਦੀ ਪ੍ਰਾਪਤ ਕਰਦੇ। ਅੱਜ ਦੇ ਦੀਵਾਨ ਦੀ ਲਾਸ਼ਟ ਕਵਿਤਾ ਆਪ ਜੀ ਦੀ ਖਿਦਮਤ ਦੇ ਅੰਦਰ ਪਪਰਾਣੀ ਦਾ ਢਾਡੀ ਜੱਥਾ ਕੁਝ ਹੋ
ਜਗ ਤੇਰੀ ਮਿਸਾਲ ਕੋਈ ਨਹੀਂ। ਪਰਿਵਾਰ ਦੀ ਮਹਾਨ ਕੁਰਬਾਨੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਮਿਆਂ ਦੀ ਮਹਾਨ ਕੁਰਬਾਨੀ ਦਾ ਇੱਕ ਵਾਰ ਕਮਾਈ ਦਾ ਪਵਿੱਤਰ ਕਮਾਈ ਦਾ ਧਿਆਨ ਧਰਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਬਹੁਤ ਮਹਾਨ ਪਰਉਪਕਾਰ ਖਾਲਸੇ ਦੇ ਉੱਤੇ ਕੀਤੇ ਨੇ। ਅੱਜ ਪਖੰਡਾਂ ਵਿੱਚੋਂ ਨਿਕਲ ਕੇ ਕੇਵਲ ਅਤੇ ਕੇਵਲ ਅੰਮ੍ਰਿਤਧਾਰੀ ਖਾਲਸੇ ਬਣ ਗਏ। ਅੰਮ੍ਰਿਤਧਾਰੀ ਖਾਲਸੇ ਬਣ ਕੇ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਛਕ ਕੇ ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲੜ ਲੱਗੋ, ਮਹਾਂਪੁਰਖਾਂ ਦਾ ਸਤਿਕਾਰ ਕਰੋ, ਜਿਹੜੇ ਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਿਆ ਕਰੋ, ਜਿਹੜੇ ਬਾਣੀ ਨਾਲ ਉਹ ਤੋੜਦੇ ਨੇ ਉਹਨਾਂ ਤੋਂ ਕਿਨਾਰਾ ਕਰਿਆ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਨਿਤਨੇਮ ਕਰਿਆ ਕਰੋ। ਕੋਈ ਬੰਦਿਸ਼ ਨਹੀਂ, ਕੋਈ ਬੰਦੀ ਨਹੀਂ, ਮੇਰਾ ਆਪਣਾ ਭਰੋਸਾ ਹੈ ਜਿੰਨਾ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰੋਗੇ, ਰੱਬ ਦੇ ਪਿਆਰਾਂ ਦਾ ਸਤਿਕਾਰ ਕਰੋਗੇ, ਜਿੰਨਾ ਤੁਸੀਂ ਨਿਤਨੇਮ ਵਧਾਵੋਗੇ ਉੰਨੀ ਸਾਡੇ ਉੱਤੇ ਕਿਰਪਾ ਹੋਵੇਗੀ।